ਤੁਸੀਂ ਜਿਹੜਾ ਟਾਈਮ ਤੁਹਾਡਾ ਹੁਣ ਚੱਲ ਰਿਹਾ, ਤੁਸੀਂ ਸਭ ਤੋਂ ਪਹਿਲੇ ਲੜਕੀਆਂ ਤੋਂ ਦੂਰ ਰਹੋ। ਸੁਣ ਲਓ, ਇੱਕ ਜਿਵੇਂ ਮੰਨ ਲਓ ਮੈਂ ਕਿਸੇ ਕੁੜੀ ਨਾਲ ਵਿਆਹ ਕਰਾ ਲਿਆ ਜੀ, ਮੈਂ ਉਹ ਕੁੜੀ ਦੀ ਕੁੰਡਲੀ ਨਹੀਂ ਲੜਾਈ, ਮੈਨੂੰ ਕੁੜੀ ਪਸੰਦ ਸੀ, ਮੈਂ ਘਰਦਿਆਂ ਦੀ ਮਰਜ਼ੀ ਤੋਂ ਬਾਹਰ ਹੋ ਕੇ ਵਿਆਹ ਕਰਾ ਲਿਆ, ਠੀਕ ਹੈ, ਸਾਡੀ ਕੁੰਡਲੀ ਰਲੀ ਨਹੀਂ। ਮੈਂ ਦੱਸਦਾ, ਜਦੋਂ ਨਹੀਂ ਰਲੀ ਹਾਂਜੀ ਤੁਹਾਡਾ ਫਿਰ ਕਲੇਸ਼ ਰਹਿਣਾ। ਹਾਂਜੀ ਠੀਕ ਹੈ ਜੀ, ਕਲੇਸ਼ ਤੋਂ ਬਾਅਦ ਤੁਸੀਂ ਕੁਛ ਟਾਈਮ ਪਾ ਲਓਗੇ, ਪਰ ਤੁਹਾਡੀ ਜ਼ਿੰਦਗੀ ਦੇ ਜਿਹਦਾ ਘਰ ਦੇ ਵਿੱਚ ਲੜਾਈ ਕਲੇਸ਼ ਰਹਿ, ਨਰਕ ਬਣਾ ਦਿੰਦਾ ਘਰ ਨੂੰ। ਹਾਂਜੀ ਠੀਕ ਹੈ ਜੀ, ਇੱਕ ਦੋ ਵਾਰੀ ਚਾਰ ਵਾਰੀ ਪੰਚਾਇਤਾਂ ਹੋਊਗੀਆਂ, ਸਭ ਕੁਛ ਹੋਊਗਾ, ਫਿਰ ਉਸ ਤੋਂ ਬਾਅਦ ਤੁਹਾਨੂੰ ਦਿੱਕਤ ਪੈਦਾ ਹੋਜੂਗੀ। ਪੰਡਿਤ ਜੀ ਨੇ ਉਹਨੂੰ ਕਿਹਾ ਬਈ ਇਹ ਬੰਦਾ ਐਕਸੀਡੈਂਟ ਕਰੂਗਾ ਵੀ 5-10 ਦਿਨ ਦੇ ਵਿੱਚ, ਗੱਡੀ ਨੇ ਇਹਨੂੰ ਫੜਾਈ। ਚਲੋ ਜੀ, ਮੈਂ ਕਿਹਾ ਠੀਕ ਹੈ ਜੀ। ਮੁੜ ਕੇ ਕੀ ਹੋਇਆ, ਉਹਨੇ ਕੋਈ ਗਾਹਕ ਆਏ ਜੀਪ ਲੈ ਕੇ, ਉਹਨਾਂ ਨੂੰ ਜੀਪ ਵੇਚੀ, ਉਹ ਜੀਪ ਲੈ ਕੇ ਚੱਲੇ, ਉਹਨਾਂ ਦੀ ਗਿੱਟ ਮਿੱਟ ਬੈਸਕੀ ਨਾਲ ਰਲ ਗਈ, ਬੈਸਕੀ ਉਹਨਾਂ ਨਾਲ ਬਹਿ ਕੇ ਪੈਗ ਪੁੱਗ ਲਾਉਣ ਇੱਧਰ ਫਗਵਾੜੇ ਵੱਲੋਂ ਆ ਗਏ। ਬਸ ਫਿਰ ਜਦੋਂ ਰਾਵਲਪਿੰਡੀ ਆਏ, ਜੀਪ ਵੱਜੀ ਬੱਸ 'ਚ, ਬੈਸਕੀ ਦਾ ਰੁਪਈਆ ਲੱਗਾ 3 ਲੱਖ। ਪੰਡਿਤ ਜੀ ਨੂੰ ਇੱਥੇ ਬੈਠਣ ਨੂੰ ਪਤਾ ਲੱਗਾ, ਪੰਡਿਤ ਜੀ ਨੇ ਮੰਮੀ ਨੂੰ ਫੋਨ ਕੀਤਾ ਦੂਜੇ ਦਿਨ ਸਵੇਰ ਨੂੰ, ਕਾਂਡ ਹੋ ਗਿਆ, ਮੈਂ ਉਹਨੂੰ ਰੋਕਿਆ ਸੀਗਾ। ਤੁਹਾਨੂੰ ਇਹ ਕਹਿ ਦੇਵੇ ਵੀ ਆਹ ਬੰਦੇ ਦਾ ਕੋਲੋਂ ਜਵਾਬ ਪੁੱਛੋ, ਆਹ ਬੰਦੇ ਨੂੰ ਗੱਲ ਪੁੱਛਣੀ, ਉਸ ਬੰਦੇ ਤੋਂ ਡੇਟ ਬਰਥ ਲੈ ਲਓ, ਉਸ ਬੰਦੇ ਦੀ ਸਪੈਸ਼ਲ ਟਾਈਮ ਲੈ ਲਓ, ਡੇਟ ਲੈ ਲਓ, ਉਹਦਾ ਸ਼ਹਿਰ ਪੁੱਛ ਲਓ, ਉਹਦਾ ਫੋਨ ਨੰਬਰ ਲੈ ਲਿਓ, ਉਹਦੇ ਨਾਲ ਕੁਐਸਚਨ ਦਾ ਜਵਾਬ ਮੈਂ ਦਊਂਗਾ। ਸਭ ਤੋਂ ਪਹਿਲੇ ਨੰਬਰ 'ਤੇ ਜਦੋਂ ਬੱਚਾ ਕਿਸੇ ਦੇ ਹੋਣ ਵਾਲਾ ਹੋਵੇ, ਉਸ ਬੰਦੇ ਨੂੰ ਹੋਸਪਿਟਲ ਤੋਂ 5-7-10 ਕਿਲੋਮੀਟਰ ਦੂਰ ਰਹਿਣਾ ਚਾਹੀਦਾ ਹੈ, ਜਨਾਨੀ ਦੇ ਨੇੜੇ ਹਸਬੈਂਡ ਨੂੰ ਨਹੀਂ ਰਹਿਣਾ ਚਾਹੀਦਾ। ਇੱਕ ਜਨਾਨੀ ਆਪਦੇ ਹੱਥ ਦੇ ਨਾਲ ਕੋਈ ਤਾਲਾ ਲਾ ਕੇ ਨਾ ਘਰੇ ਜਾਵੇ, ਇੱਕ ਜਦੋਂ ਘਰੇ ਜਾਵੇ, ਇੱਕ ਸੁੱਖਣਾ ਸੁੱਕੇ ਵੱਡੇ ਨਾਮ ਦੇ ਪੈਸੇ ਚੱਕ ਕੇ ਰੱਖ ਦਿਉ ਕਿ ਬੱਚਾ ਸਾਡਾ ਸਹੀ ਸਲਾਮਤ ਹੋਵੇ। ਅਸੀਂ ਡਰ ਜਾਂਦੇ ਹਾਂ, ਪਹਿਲੇ ਜ਼ਮਾਨੇ 'ਚ ਕੀ ਹੁੰਦਾ ਸੀ, ਹਰ ਘਰ ਦੇ ਵਿੱਚ 5-7 ਬੱਚੇ ਹੁੰਦੇ ਸੀ। ਹਾਂਜੀ, ਜੇ ਕੋਈ 2 ਬੱਚੇ ਨਲਾਇਕ ਨਿਕਲ ਗਏ, ਬਾਕੀ ਸੰਭਾਲ ਲੈਂਦੇ ਸੀ। ਹਾਂਜੀ, ਅੱਜ ਕੱਲ੍ਹ ਮਾਂ ਬਾਪ ਦੇ ਕੋਲ 1-2 ਕੁੰਡਲੀ ਮਿਲਾਉਣੀ ਤਾਂ ਜ਼ਰੂਰੀ ਹੈ ਅੱਜ ਦੀ ਡੇਟ ਦੇ ਵਿੱਚ। ਅੱਗੇ ਕੀ ਹੁੰਦਾ ਸੀ, ਮਾਸੀ ਚਾਚੀ ਭੂਆ ਤਾਏ ਤਾਈ ਨੇ ਕਿਸੇ ਨੇ ਵਿਆਹ ਕਰਾਤਾ। ਹਾਂਜੀ, ਅੱਜ ਕਿਹੜਾ ਬੰਦਾ ਕਿਸੇ ਦਾ ਵਿਆਹ ਕਰਾਉਂਦਾ? ਠੀਕ ਹੈ ਜੀ, ਹਰੇਕ ਬੰਦੇ ਨੂੰ ਆਪਾਂ ਲੱਭਦੇ ਹਾਂ, ਜਿਹੜੀ ਮਰਜ਼ੀ ਜਾਤ ਹੋਵੇ, ਜਿੱਥੇ ਮਰਜ਼ੀ ਹੋਵੇ, ਬੱਚੇ ਦਾ ਵਿਆਹ ਕਰ ਦਿਉ। ਆਮ ਘਰਾਂ ਦੇ ਵਿੱਚ ਬੱਚੇ ਜਿਹੜੇ ਨਲਾਇਕ ਕਿਉਂ ਨਿਕਲਦੇ, ਅਸੀਂ ਜਿਹੜੇ ਰੰਗ ਕਰਦੇ ਹਾਂ ਨਾ, ਸਾਨੂੰ ਇਹ ਨਹੀਂ ਪਤਾ ਵੀ ਅਸੀਂ ਇਸ ਬੱਚੇ ਵਾਸਤੇ ਰੰਗ ਕਿਹੜਾ ਕਰੀਏ ਕਿਹੜਾ ਨਾ ਕਰੀਏ। ਘਰ ਦੇ ਵਿੱਚ ਅੱਗੇ ਦਰਵਾਜ਼ਿਆਂ 'ਚ ਕੋਈ ਚੀਜ਼ ਕਿਉਂ ਨਹੀਂ ਆਉਂਦੀ ਸੀ, ਸਾਡੇ ਸੰਗਲ ਲੱਗੇ ਹੁੰਦੇ ਸੀ, ਕੁੰਡੇ ਵਾਲੇ ਦਰਵਾਜ਼ੇ ਹੁੰਦੇ ਸੀ, ਲੋਕ ਵੱਡੇ ਲਾਉਂਦੇ ਸੀ। ਅੱਜ ਦੀ ਡੇਟ ਦੇ ਵਿੱਚ ਸਾਡੇ ਆ ਕੁੰਡੇ ਖਤਮ ਹੋ, ਚਿਮਟਾ ਖੜਕਦਾ ਸੀ ਜਦੋਂ ਆਪਾਂ ਚੁੱਲ੍ਹੇ 'ਚ ਬਾਲਦੇ ਸੀ, ਚਿਮਟੇ ਦੇ ਅੱਗੇ ਫਿਰ ਲੋਕ ਆਪਣਾ ਕੜਾ ਲੱਗਿਆ ਹੁੰਦਾ ਸੀ, ਖੜਕਦਾ ਸੀ। ਜਦੋਂ ਇੰਨੀ ਚੀਜ਼ ਦੀ ਵਾਈਬ੍ਰੇਸ਼ਨ ਹੁੰਦੀ, ਸਾਡਾ ਘਰ ਅੱਛਾ ਹੁੰਦਾ ਹੈ। ਗਾਂ ਦੇ ਗੋਹੇ ਦਾ ਅਸੀਂ ਲੇਪਣ ਲਾਉਂਦੇ ਹਾਂ, ਸਾਡਾ ਘਰ ਅੱਛਾ ਹੁੰਦਾ। ਅੱਜ ਘਰ ਦੇ ਵਿੱਚ ਕਿਤੇ ਲੇਪਣ ਹੈ ਨਹੀਂ। ਦੂਜੇ ਨੰਬਰ 'ਤੇ ਧਾਰਮਿਕ ਸਥਾਨ 'ਤੇ ਸੇਵਾ। ਹਾਂਜੀ, ਬਜ਼ੁਰਗਾਂ ਦੇ ਪੈਰੀ ਹੱਥ ਲਾਉਣੇ। ਹਾਂਜੀ, ਬੁਰਸ਼ 2 ਵਾਰੀ ਕਰਨਾ। ਠੀਕ ਹੈ ਜੀ, ਸਰੀਰ ਨੂੰ ਸਾਫ਼ ਰੱਖਣਾ। ਹਾਂਜੀ, ਰੋਜ਼ ਕੱਪੜੇ ਬਦਲਣੇ, ਪਰਫਿਊਮ ਪੋਟ ਲਗਾਉਣਾ। ਕਿ ਜਦੋਂ ਵੀ ਤੁਸੀਂ ਵਿਆਹ ਕਰਾਉਣਾ, ਹੁਣ ਜਿੱਦਾਂ ਤੁਸੀਂ ਕਿਹਾ ਬਾਪੂ ਦੇ 2 ਵਿਆਹ ਹੋਏ ਆ, ਹੁਣ ਇਹ ਤੁਹਾਡੇ ਵੀ ਇਹੀ ਹੈ, ਲੇਕਿਨ ਤੁਸੀਂ ਜਦੋਂ ਵਿਆਹ ਤੋਂ ਪਹਿਲੇ ਡੁਪਲੀਕੇਟ ਮੈਰਿਜ ਕਰਵਾਓਗੇ, ਤੁਹਾਡਾ ਵਿਆਹ ਇੱਕ ਹੋਊਗਾ। ਹੋਰ ਮੈਂ ਤੁਹਾਨੂੰ ਦੱਸਦਾ, ਰਾਜੇ ਮਹਾਰਾਜੇ ਜੋਤਸ਼ੀਆਂ ਤੋਂ ਪੁੱਛੇ ਬਗੈਰ ਕੋਈ ਕੰਮ ਨਹੀਂ ਕਰਦੇ ਸੀ। ਹਾਂਜੀ, ਲੇਕਿਨ ਜੋਤਸ਼ੀਆਂ ਨੇ ਜੇ ਕਹਿਣਾ ਜੰਗ ਲੜ ਲਓ, ਉਹਨੇ ਲੜਨੇ, ਜਿੱਥੇ ਕਹਿ ਤਾਂ ਬੰਦ ਹੈ ਬੰਦ। ਰਾਜੇ ਨੇ ਮਾਰ ਕਿੱਥੋਂ ਖਾਧੀ, ਜਿੱਥੋਂ ਉਹਨਾਂ ਨੇ ਆਪਦੀ ਮਰਜ਼ੀਆਂ ਕੀਤੀਆਂ। ਹਾਂਜੀ ਠੀਕ ਹੈ ਜੀ, ਇੱਕ ਚੀਜ਼ ਹੋਰ ਦੱਸਦਾ, ਜਦੋਂ ਵੀ ਤੁਸੀਂ ਆਪਦੀ ਮਰਜ਼ੀ ਨਾਲ ਘੋੜਾ ਭਜਾਉਂਦੇ ਹੋ, ਤੁਹਾਡਾ ਘੋੜਾ ਕੰਧ 'ਚ ਵੱਜਦਾ, ਬਹੁਤ ਜ਼ੋਰ ਨਾਲ ਵੱਜਦਾ ਜੀ, ਜਿੱਥੇ ਵੀ ਤੁਸੀਂ ਝੂਠ ਬੋਲਿਆ ਤੁਹਾਡਾ ਨੁਕਸਾਨ ਹੋਇਆ ਹੁੰਦਾ ਜੀ, ਹੁੰਦਾ। ਹਾਂਜੀ, ਦੂਸਰੇ ਨੰਬਰ 'ਤੇ ਇਹ ਹੈ, ਜਦੋਂ ਖੁਸ਼ੀ ਮਨਾਈ ਫਿਰ ਵੀ ਤੁਹਾਡਾ ਨੁਕਸਾਨ ਹੁੰਦਾ। ਹਾਂਜੀ, ਲੇਕਿਨ ਮੈਂ ਜਿਹੜੀ ਗੱਲ ਕਹਿਤੀ ਉਹ ਮੇਰੀ ਸਿਰੇ 'ਤੇ ਹੋਣੀ ਹੈ। ਦੂਜੇ ਨੰਬਰ 'ਤੇ ਇਹ ਹੈ ਕਿ ਘਰ ਦੇ ਵਿੱਚ ਜੇ ਆਪਾਂ ਗਾਂ ਦੇ ਦੁੱਧ ਦਾ ਛਿੱਟਾ ਦਿੰਦੇ ਹਾਂ, ਕੱਚੀ ਲੱਸੀ ਜਿਹਨੂੰ ਕਹਿੰਦੇ ਹਾਂ,
ਜਾਂ ਗੋਬਰ ਜਲ ਆਪਾਂ ਗਾਂ ਦਾ ਗੋਬਰ ਦਾ ਪਾਥੀ ਬਣੀ ਹੁੰਦੀ ਹੈ ਉਹਦੀ ਧੂਣੀ ਦਿੰਦੇ ਹਾਂ, ਕੋਈ ਚੀਜ਼ ਨਹੀਂ ਆਉਂਦੀ ਘਰੇ। ਠੀਕ ਹੈ ਜੀ, ਠੀਕ ਹੈ ਜੀ। ਦੂਸਰੇ ਨੰਬਰ 'ਤੇ ਘਰ ਦੇ ਵਿੱਚ ਅਗਰ ਤੁਸੀਂ ਵੱਡਿਆਂ ਨੂੰ ਮੰਨਦੇ ਹੋ ਤਾਂ ਵੀ ਨਹੀਂ ਚੀਜ਼ ਆਉਂਦੀ। ਦੁਨੀਆ ਦੇ ਵਿੱਚ ਜਿੰਨੇ ਵੀ ਜੋਤਸ਼ੀ ਅੱਜ ਦੀ ਡੇਟ ਦੇ ਵਿੱਚ ਪ੍ਰੋਗਰਾਮ ਕਰ ਰਹੇ ਆ, ਮੇਰਾ ਚੈਲੰਜ ਹੈ ਖੁੱਲ੍ਹਾ ਸਭ ਨੂੰ। ਹਾਂਜੀ, ਮੇਰੇ ਜਿੰਨੇ ਕਿਸੇ ਬੰਦੇ ਨੇ ਲਾਈਵ ਪ੍ਰੋਗਰਾਮ ਨਹੀਂ ਕੀਤੇ, ਮੈਂ ਡੇਲੀ ਸਰਦਾਰਾਂ ਦਾ ਲੜਕਾ ਹਾਂ। ਹਾਂਜੀ, ਜੋਤਿਸ਼ ਕਰਦਾ ਹਾਂ। ਪਿਛਲੇ ਤਕਰੀਬਨ ਮੈਂ 2007 ਤੋਂ ਲਾਈਵ ਪ੍ਰੋਗਰਾਮ ਕਰ ਰਿਹਾ, 2009 ਤੋਂ ਮੈਂ ਰੈਗੂਲਰ ਕਰ ਰਿਹਾ, ਡੇਲੀ ਦੇ ਮੈਂ 2 ਵੀ ਕਰਦਾ, 4 ਵੀ ਕਰਦਾ, ਇਸ ਟਾਈਮ ਮੇਰਾ 1 ਪ੍ਰੋਗਰਾਮ ਡੇਲੀ ਆ ਰਿਹਾ। ਹਾਂਜੀ ਮਿੱਤਰੋ, ਸਤਿ ਸ਼੍ਰੀ ਅਕਾਲ ਜੀ, ਅਤੇ ਮਾਈਕ ਉੱਧਰ ਲੱਗਾ ਜੱਟਾ ਹੈ। ਅਤੇ ਲਓ ਜੀ, ਗੱਲਬਾਤ ਐਂ ਹੋ ਗਈ ਆ, ਕੋਈ ਚਮਤਕਾਰ ਮੰਨਦਾ, ਕੋਈ ਨਹੀਂ ਮੰਨਦਾ, ਕੋਈ ਭਵਿੱਖਬਾਣੀ ਮੰਨਦਾ, ਕੋਈ ਨਹੀਂ ਮੰਨਦਾ, ਕੋਈ ਕਹਿੰਦਾ ਭਾਈ ਮੈਂ ਆਪਣੀ ਉਂਗਲੀ 'ਚ ਇੱਕ ਨਗ ਪਾਇਆ ਸੀਗਾ ਤਾਂ ਮੇਰੀ ਜ਼ਿੰਦਗੀ ਬਦਲ ਗਈ, ਕੋਈ ਭਾਈ ਇਹਨਾਂ ਨੂੰ ਸਿਰਫ ਪੱਥਰ ਸਮਝਦਾ ਆ ਹੈ, ਅਤੇ ਕੋਈ ਕਹਿੰਦਾ ਬਾਈ ਕੁੰਡਲੀ ਦੇਖ ਕੇ ਵਿਆਹ ਕਰਾਉਣੇ ਚਾਹੀਦੇ ਆ, ਤਾਂ ਕੋਈ ਕਹਿੰਦਾ ਜਿੱਦਾਂ ਪਰਮਾਤਮਾ ਨੇ ਕਹਿਤਾ ਚਲੋ ਭਲੀ ਆ। ਅਤੇ ਸਵਾਲ ਮੇਰੇ ਅੰਦਰ ਬਹੁਤ ਸੀ ਇੱਦਾਂ ਦੇ ਪੁੱਠੇ ਸਿੱਧੇ ਜੇ, ਪਰ ਮੈਂ ਜਵਾਬ ਦੇਖੋ ਬੰਦਾ ਲੈ ਕੇ ਆਏ ਬਾਈ ਸਿਰੇ ਦਾ, ਠੀਕ ਆ, ਕੁਛ ਇੱਦਾਂ ਦੀਆਂ ਗੱਲਾਂ ਕਰਕੇ ਦਿਖਾਵਾਂਗੇ ਜਿਹਦੇ ਨਾਲ ਤੁਹਾਨੂੰ ਐਂ ਲੱਗੂਗਾ ਕਿ ਬਾਈ ਆਹ ਹਾਂ ਗੱਲਾਂ ਹੁੰਦੀਆਂ ਤਾਂ ਜ਼ਰੂਰ ਨੇ, ਕਿਆ ਚਮਤਕਾਰ ਹੋ ਗਿਆ ਹੈਂ। ਅਤੇ ਗੱਲਾਂ ਕਰ ਲਈ ਸਾਡੇ ਕੋਲ ਹੈਗੇ ਨੇ ਪੰਡਿਤ ਜੀ ਦਵਿੰਦਰ ਵਰਮਾ, ਆਪਾਂ ਬੈਠੇ ਹਾਂ ਲੁਧਿਆਣੇ, ਹੈ ਜੱਟਾ, ਹੁਣ ਫਰੇਮ 'ਤੇ ਲੈ ਕੇ ਦਿਖਾਈ ਕਰੀ ਪੰਡਿਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਜੀ, ਉਹੀ ਗੱਲ ਕਰਦਾ ਸੀ ਮੈਂ ਕਿਹਾ ਕਿ ਲੋਕ ਕਈ ਮੰਨਦੇ ਨੇ ਕਿ ਪੰਡਿਤ ਜੋ ਕਹਿੰਦੇ ਨੇ ਭਾਈ ਉਹ ਹੋ ਜਾਂਦਾ, ਜਾਂ ਕਈ ਕਹਿੰਦੇ ਨੇ ਮੈਂ ਉਂਗਲ ਦੇ ਵਿੱਚ ਇੱਕ ਨਗ ਪਾਇਆ ਸੀਗਾ ਇਹਨੇ ਮੈਨੂੰ ਧਾਰਤਾ, ਤਾਂ ਕਈ ਕਹਿੰਦੇ ਨੇ ਇਹ ਸਿਰਫ ਪੱਥਰ ਆ, ਜਾਂ ਕੋਈ ਕਹਿੰਦਾ ਭਾਈ ਮੈਂ ਆਪਦੇ ਜਵਾਕ ਦੀ ਬਿਨਾਂ ਕੁੰਡਲੀ ਦੇਖੇ ਵਿਆਹ ਕਰ ਦਿੰਦਾ, ਕਈ ਬਾਹਲਾ ਕਰਦੇ ਨੇ ਕਿ ਜਵਾਕਾਂ ਦੀ ਡੇਟ ਆਫ ਬਰਥ ਲਓ, ਕੁੰਡਲੀਆਂ ਰਲਾਓ ਤਾਂ ਫਿਰ ਵਿਆਹ ਕਰਾਂਗੇ, ਇਹਨਾਂ 'ਚ ਸੱਚ ਕਿੰਨਾ ਕਿ ਜ਼ਰੂਰੀ ਹੈਗੀਆਂ ਨੇ? ਉੱਦਾਂ ਦੇਖੋ, ਪਹਿਲੇ ਜ਼ਮਾਨੇ 'ਚ ਕੀ ਹੁੰਦਾ ਸੀ, ਹਰ ਘਰ ਦੇ ਵਿੱਚ 5-7 ਬੱਚੇ ਹੁੰਦੇ ਸੀ। ਹਾਂਜੀ, ਜੇ ਕੋਈ 2 ਬੱਚੇ ਨਲਾਇਕ ਨਿਕਲ ਗਏ ਬਾਕੀ ਸੰਭਾਲ ਲੈਂਦੇ ਸੀ। ਹਾਂਜੀ, ਅੱਜ ਕੱਲ੍ਹ ਮਾਂ ਬਾਪ ਦੇ ਕੋਲ 1 ਜਾਂ 2, ਠੀਕ ਹੈ ਜੀ। ਕੁੰਡਲੀ ਮਿਲਾਉਣੀ ਤਾਂ ਜ਼ਰੂਰੀ ਹੈ ਅੱਜ ਦੀ ਡੇਟ ਦੇ ਵਿੱਚ, ਅੱਗੇ ਕੀ ਹੁੰਦਾ ਸੀ ਮਾਸੀ ਚਾਚੀ ਭੂਆ ਤਾਏ ਤਾਈ ਨੇ ਕਿਸੇ ਨੇ ਵਿਆਹ ਕਰਾਤਾ, ਅੱਜ ਕਿਹੜਾ ਬੰਦਾ ਕਿਸੇ ਦਾ ਵਿਆਹ ਕਰਾਉਂਦਾ, ਠੀਕ ਆ ਜੀ। ਹਰੇਕ ਬੰਦੇ ਨੂੰ ਆਪਾਂ ਲੱਭਦੇ ਹਾਂ, ਜਿਹੜੀ ਮਰਜ਼ੀ ਜਾਤ ਹੋਵੇ ਜਿੱਥੇ ਮਰਜ਼ੀ ਹੋਵੇ ਬੱਚੇ ਦਾ ਵਿਆਹ ਕਰ ਦਿਉ, ਠੀਕ ਆ ਜੀ। ਕੁੰਡਲੀ ਮਿਲਾਉਣੀ ਤਾਂ ਜ਼ਰੂਰੀ ਹੈ ਕਿ ਅੱਗਿਓਂ ਇਹ ਬੱਚੇ ਤਰੱਕੀ ਕਰੂਗੇ ਕਿ ਨਹੀਂ ਕਰੂਗੇ, ਇਹਨਾਂ ਦਾ ਆਪਸ 'ਚ ਬਣੂਗੀ ਕਿ ਨਹੀਂ ਬਣੂਗੀ। ਜਿਵੇਂ ਮੰਨ ਲਓ ਮੈਂ ਕਿਸੇ ਕੁੜੀ ਨਾਲ ਵਿਆਹ ਕਰਾ ਲਿਆ ਜੀ, ਮੈਂ ਉਹ ਕੁੜੀ ਦੀ ਕੁੰਡਲੀ ਨਹੀਂ ਲੜਾਈ, ਮੈਨੂੰ ਕੁੜੀ ਪਸੰਦ ਸੀ, ਮੈਂ ਘਰਦਿਆਂ ਦੀ ਮਰਜ਼ੀ ਤੋਂ ਬਾਹਰ ਹੋ ਕੇ ਵੀ ਵਿਆਹ ਕਰਾ ਲਿਆ, ਠੀਕ, ਸਾਡੀ ਕੁੰਡਲੀ ਰਲੀ ਨਹੀਂ, ਮੈਂ ਦੱਸ ਕੀ ਜਦੋਂ ਨਹੀਂ ਰਲੀ, ਹਾਂਜੀ, ਤੁਹਾਡਾ ਫਿਰ ਕਲੇਸ਼ ਰਹਿਣਾ। ਹਾਂਜੀ, ਠੀਕ ਹੈ ਜੀ। ਕਲੇਸ਼ ਤੋਂ ਬਾਅਦ ਤੁਸੀਂ ਕੁਛ ਟਾਈਮ ਪਾ ਲਓਗੇ, ਪਰ ਤੁਹਾਡੀ ਜ਼ਿੰਦਗੀ ਦੇ ਜਿਹਦਾ ਘਰ ਦੇ ਵਿੱਚ ਲੜਾਈ ਕਲੇਸ਼ ਨੇ, ਨਰਕ ਬਣਾ ਦਿੰਦਾ ਘਰ ਨੂੰ। ਹਾਂਜੀ, ਠੀਕ ਹੈ ਜੀ। 1-2 ਵਾਰੀ 4 ਵਾਰੀ ਪੰਚਾਇਤਾਂ ਹੋਊਗੀਆਂ, ਸਭ ਕੁਛ ਹੋਊਗਾ, ਫਿਰ ਉਸ ਤੋਂ ਬਾਅਦ ਤੁਹਾਨੂੰ ਦਿੱਕਤ ਪੈਦਾ ਹੋ ਜੂਗੀ। ਅੱਜ ਤੁਸੀਂ ਨਹੀਂ ਗਏ, ਪਰ ਉਸ ਤੋਂ ਬਾਅਦ ਫਿਰ ਵੀ ਕੋਈ ਤੁਰਿਆ ਜਾਂਦਾ ਬੰਦਾ ਤੁਹਾਨੂੰ ਕਹੂਗਾ ਯਾਰ ਫਲਾਣੇ ਪਿੰਡ ਕੋਲ ਇੱਕ ਵਾਰ ਜਾ ਕੇ ਪੁੱਛ ਤਾਂ ਲੈ। ਹਾਂਜੀ, ਜਦੋਂ ਤੁਸੀਂ ਪੁੱਛ ਲਿਆ, ਅਸੀਂ ਫਿਰ ਕੋਈ ਨਾ ਕੋਈ ਉਹਦੀ ਰੈਮਡੀ ਕਰਾਉਂਦੇ ਹਾਂ ਪਾਏ, ਵੀ ਇਹ ਬਣੂਗੀ ਕਿ ਨਹੀਂ ਬਣੂਗੀ, ਇਹਦੇ ਹੱਲ ਕੀ ਹੈ, ਉਹਦੇ ਫਿਰ ਹੱਲ ਕਰਾਈ ਦੇ ਵੀ ਇਹਨੂੰ, ਇੱਕ ਨੂੰ ਠੰਡਾ, ਇੱਕ ਨੂੰ ਇੱਕ ਤੱਤਾ ਹੁੰਦਾ, ਇੱਕ ਠੰਡਾ ਹੁੰਦਾ, ਉਹਦੀ ਕਿਸੇ ਨਾ ਕਿਸੇ ਢੰਗ ਨਾਲ ਅਸੀਂ ਅਪਾਏ ਕਰਾ ਕੇ ਕੁੰਡਲੀ ਮੈਚ ਕਰਨ ਤੋਂ ਦੇਖੀਦਾ ਵੀ ਇਹਨੂੰ ਆਪਾਂ ਅਪਾਏ ਕਿਸ ਢੰਗ ਨਾਲ ਕਰਾਈਏ। ਫਿਰ ਕਈ ਵਾਰੀ ਅਪਾਏ ਨਹੀਂ ਵੀ ਨਿਕਲਦੇ, ਕੁੰਡਲੀ ਨਹੀਂ ਵੀ ਮਿਲਦੀ, ਪਰ ਜਦੋਂ ਕੋਈ ਜੋਤਸ਼ੀ ਚੰਗਾ ਹੁੰਦਾ ਨਾ, ਜਿੱਦਾਂ ਆਪਾਂ ਗੁਰਦੁਆਰੇ ਜਾਂਦੇ, ਭਾਜੀ ਨੇ ਕੋਈ ਵਾਕ ਕਰਤੇ, ਸੱਚੀ ਗੱਲ ਹੋ ਗਈ, ਕੋਈ ਤੁਰੇ ਜਾਂਦੇ ਬਜ਼ੁਰਗ ਨੇ ਆਪਾਂ ਨੂੰ ਕਹਿਤਾ, ਆਪਾਂ ਨਾਨੀ ਦਾਦੀ ਨੇ ਕਿਸੇ ਆਸ਼ੀਰਵਾਦ ਦਿੱਤਾ, ਸਹੀ ਹੁੰਦਾ। ਇਹਦੇ ਜਿਹੜੇ ਚੰਗੇ ਪੰਡਿਤ ਹੁੰਦੇ, ਉਹਨਾਂ ਦੇ ਸਰਸਵਤੀ ਜਵਾਨ 'ਚ ਬੈਠਦੀ ਹੈ, ਉਹ ਚੰਗੇ ਕੰਮ ਨੂੰ, ਜਿਹੜਾ ਮਾੜਾ ਕੰਮ ਹੁੰਦਾ ਉਹਨੂੰ ਚੰਗੇ 'ਚ ਬਦਲ ਦਿੰਦੇ ਆ। ਜਿਵੇਂ ਪੰਡਿਤ ਜੀ, ਮੇਰੇ ਨਾ ਆਪਦੇ ਘਰ ਦੀ ਉਹ ਗੱਲ ਹੀ ਆ, ਪੰਡਿਤ ਸ਼ਾਇਦ ਕੋਈ ਸੀਗੇ, ਤਾਂ ਉਹਨਾਂ ਨੇ ਮੇਰੇ ਬਾਪੂ ਨੂੰ ਕਿਸੇ ਟਾਈਮ ਕਹਿ ਦਿੱਤਾ ਸੀਗਾ, ਕਹਿੰਦੇ ਭਾਈ ਤੇਰੇ 2 ਵਿਆਹ ਹੋਣੇ ਆ। ਸੱਚੀ ਬਾਪੂ ਦੇ 2 ਵਿਆਹ ਹੋਏ? ਤੁਸੀਂ, ਮੈਂ ਜ਼ਿਆਦਾ ਨਹੀਂ ਗੱਲ ਕਰਦਾ। ਹਾਂਜੀ,
ਦੁਨੀਆ ਦੇ ਵਿੱਚ ਜਿੰਨੇ ਵੀ ਜੋਤਸ਼ੀ ਅੱਜ ਦੀ ਡੇਟ ਦੇ ਵਿੱਚ ਪ੍ਰੋਗਰਾਮ ਕਰ ਰਹੇ ਆ, ਮੇਰਾ ਚੈਲੰਜ ਹੈ ਖੁੱਲ੍ਹਾ ਸਭ ਨੂੰ। ਹਾਂਜੀ, ਮੇਰੇ ਜਿੰਨੇ ਕਿਸੇ ਬੰਦੇ ਨੇ ਲਾਈਵ ਪ੍ਰੋਗਰਾਮ ਨਹੀਂ ਕੀਤੇ, ਮੈਂ ਡੇਲੀ ਸਰਦਾਰਾਂ ਦਾ ਲੜਕਾ ਹਾਂ। ਹਾਂਜੀ, ਜੋਤਿਸ਼ ਕਰਦਾ ਹਾਂ। ਪਿਛਲੇ ਤਕਰੀਬਨ ਮੈਂ 2007 ਤੋਂ ਲਾਈਵ ਪ੍ਰੋਗਰਾਮ ਕਰ ਰਿਹਾ, 2009 ਤੋਂ ਮੈਂ ਰੈਗੂਲਰ ਕਰ ਰਿਹਾ, ਡੇਲੀ ਦੇ ਮੈਂ 2 ਵੀ ਕਰਦਾ, 4 ਵੀ ਕਰਦਾ। ਇਸ ਟਾਈਮ ਮੇਰਾ ਇੱਕ ਪ੍ਰੋਗਰਾਮ ਡੇਲੀ ਆ ਰਿਹਾ, ਦੁਨੀਆ ਦਾ ਕੋਈ ਮੈਂ ਮੁਲਕ ਨਹੀਂ ਛੱਡਿਆ ਵੀ ਜਿੱਥੇ ਮੈਂ ਪ੍ਰੋਗਰਾਮ ਨਹੀਂ ਕੀਤਾ। ਹਾਂਜੀ, ਲੇਕਿਨ ਮੈਂ ਲਾਈਵ ਪ੍ਰੋਗਰਾਮ ਕਰਦਾ, ਕੋਈ ਵੀ ਬੰਦਾ ਦਵਿੰਦਰ ਵਰਮਾ ਫੇਸਬੁੱਕ 'ਤੇ ਦੇਖੋ, ਹਾਂਜੀ, ਕੱਢ ਕੇ, ਬਿਲਕੁਲ ਮੈਨੂੰ ਹਰੇਕ ਬੰਦਾ ਜਾਣਦਾ। ਲੇਕਿਨ ਸਭ ਤੋਂ ਪਹਿਲੇ ਨੰਬਰ 'ਤੇ ਪਤਾ ਕੀ ਹੈ, ਅਗਰ ਤੁਸੀਂ ਕੋਈ ਸੱਚ ਗੱਲ ਕਹਿ ਰਹੇ ਹੋ, ਉਹ ਬੰਦਾ ਤੁਹਾਡੇ ਮੂਹਰੇ, ਜਿਹੜਾ ਬੰਦਾ ਸਾਡੇ ਮੂਹਰੇ ਆਣ ਕੇ ਕਹੂਗਾ ਨਾ ਵੀ ਇਹ ਕੰਮ ਨਹੀਂ ਹੈਗਾ ਜਾਂ ਨਹੀਂ ਜੱਜਦਾ, ਜਾਂ ਤਾਂ ਉਹ ਬੰਦੇ ਦੇ ਈਗੋ ਹੋਊਗੀ, ਜਾਂ ਉਸ ਬੰਦੇ ਨੂੰ ਇਹ ਹੋਊਗਾ ਮੈਂ ਬੰਦੇ ਦੀ ਗੱਲ ਨਹੀਂ ਮੰਨੀ, ਮੈਂ ਸੱਚ ਨੂੰ ਝੂਠ ਕਹੀ ਜਾਣਾ। ਠੀਕ ਹੈ ਜੀ, ਅਸੀਂ ਉਸ ਬੰਦੇ ਨਾਲ ਆਪਦਾ ਦਿਮਾਗ ਨਹੀਂ ਖਰਾਬ ਕਰੀਦਾ। ਹਾਂਜੀ, ਲੇਕਿਨ ਜਿਹੜਾ ਵੀ ਬੰਦਾ ਸਾਡੇ ਨਾਲ ਗੱਲ ਕਰਦਾ, ਹਰ ਇੱਕ ਬੰਦੇ ਨੂੰ, ਚਲੋ ਬਹੁਤੀ ਆਪਾਂ ਗੱਲ ਨਹੀਂ ਕਰਦੇ, ਮੰਨ ਲਓ ਮੇਰੇ ਬਾਰੇ ਆਪਦੀ ਕੁੰਡਲੀ ਬੋਲੋ। ਮੇਰਾ ਮੰਨ ਲਓ, ਮੇਰਾ ਡੇਟ ਆਫ ਬਰਥ ਹੈਗਾ ਜੀ 5 ਜੁਲਾਈ 1998। ਹੁਣ ਮੈਂ ਤੁਹਾਨੂੰ ਦੱਸਦਾ, ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਕੋਈ ਵੀ ਕੰਮ ਕਰਦੇ ਹੋ, ਜਦੋਂ ਵੀ ਆਪਦੀ ਖੁਸ਼ੀ ਮਨਾਓਗੇ ਤੁਹਾਡਾ ਨੁਕਸਾਨ ਹੋਊਗਾ, ਹੁੰਦਾ ਹੀ ਠਾ ਕਰਕੇ। ਤੁਸੀਂ ਹੁਣ ਜਾ ਕੇ ਆਪਦੇ ਬਾਪੂ ਨੂੰ ਇਹ ਪੁੱਛਣਾ ਕਿ ਮੇਰਾ ਜਿੱਥੇ ਜਨਮ ਹੋਇਆ ਸੀ ਸਾਹਮਣੇ ਜਗ੍ਹਾ ਖਾਲੀ ਪਈ ਸੀ ਕਿ ਬੰਦ ਪਈ ਸੀ? ਉਹ ਕਿਉਂ ਜੀ, ਜਿੱਥੇ ਤੁਹਾਡਾ ਜਨਮ ਹੋਇਆ ਸੀ ਸਾਹਮਣੇ ਜਗ੍ਹਾ ਖਾਲੀ ਜਾਂ ਬੰਦ ਪਈ ਸੀ? ਇੱਕ ਬਾਪੂ ਨੂੰ ਇਹ ਪੁੱਛੀ ਵੀ ਤੇਰਾ ਜਦ ਦਾ ਬਾਪੂ ਵਿਆਹ ਹੋਇਆ, ਤੇਰੀ ਨਾਨਕੇ ਨੇ ਜਾਂ ਦਾਦਕੇ ਨੇ ਕਦੇ ਮਦਦ ਕੀਤੀ? ਕਦੇ ਨਹੀਂ ਕੀਤੀ, ਕਦੇ ਵੀ ਨਹੀਂ, ਸੱਚੀ ਨਹੀਂ ਕੀਤੀ। ਠੀਕ ਹੈ, ਹੁਣ ਦੂਜੇ ਨੰਬਰ 'ਤੇ, ਜਦੋਂ ਤੁਸੀਂ ਜ਼ਿੰਦਗੀ 'ਚ ਆਪਦੀ ਮਾਰ ਖਾਧੀ ਹੈ, ਹਾਂਜੀ, ਚਲੋ ਮੈਂ ਜ਼ਿਆਦਾ ਗੱਲ ਨਹੀਂ ਕਰਦਾ, ਤੁਹਾਨੂੰ ਮੇਰੇ ਬਾਰੇ ਬਹੁਤ ਪਤਾ ਹੈ, ਹਾਂਜੀ, ਮੇਰੀ ਪੁਸ਼ਪਣੀ ਕਿੱਦਾਂ ਦੀ ਹੈ, ਹਾਂਜੀ, ਠੀਕ ਹੈ ਜੀ। ਔਰ ਇੱਕ ਚੀਜ਼ ਹੋਰ ਦੱਸਦਾ, ਜਦੋਂ ਵੀ ਤੁਸੀਂ ਆਪਦੀ ਮਰਜ਼ੀ ਨਾਲ ਘੋੜਾ ਭਜਾਉਂਦੇ ਹੋ, ਤੁਹਾਡਾ ਘੋੜਾ ਕੰਧ 'ਚ ਵੱਜਦਾ, ਬਹੁਤ ਜ਼ੋਰ ਨਾਲ ਵੱਜਦਾ ਜੀ, ਠੀਕ ਹੈ ਜੀ, ਸਾਰੀਆਂ ਸਿੱਧੀਆਂ ਦੱਸ ਦਿਓ ਭਾਵੇਂ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਕੁਝ ਸਭ ਤੋਂ ਪਹਿਲੇ ਨੰਬਰ 'ਤੇ ਜਿੱਥੇ ਵੀ ਤੁਸੀਂ ਝੂਠ ਬੋਲਿਆ ਤੁਹਾਡਾ ਨੁਕਸਾਨ ਹੋਇਆ, ਹੁੰਦਾ ਜੀ, ਹੁੰਦਾ, ਹਾਂਜੀ। ਦੂਸਰੇ ਨੰਬਰ 'ਤੇ ਇਹ ਹੈ, ਜਦੋਂ ਖੁਸ਼ੀ ਮਨਾਲੀ ਫਿਰ ਵੀ ਤੁਹਾਡਾ ਨੁਕਸਾਨ ਹੁੰਦਾ, ਹਾਂਜੀ, ਲੇਕਿਨ ਮੈਂ ਜਿਹੜੀ ਗੱਲ ਕਹਿਤੀ ਉਹ ਮੇਰੀ ਸਿਰੇ 'ਤੇ ਹੋਣੀ ਹੈ। ਪਹਿਲੇ ਨੰਬਰ 'ਤੇ ਇਹ ਹੈ ਕਿ ਜਦੋਂ ਵੀ ਤੁਸੀਂ ਵਿਆਹ ਕਰਾਉਣਾ, ਹੁਣ ਜਿੱਦਾਂ ਤੁਸੀਂ ਕਿਹਾ ਬਾਪੂ ਦੇ 2 ਵਿਆਹ ਹੋਏ ਆ, ਹੁਣ ਇਹ ਤੁਹਾਡੇ ਵੀ ਇਹੀ ਹੈ, ਲੇਕਿਨ ਤੁਸੀਂ ਜਦੋਂ ਵਿਆਹ ਤੋਂ ਪਹਿਲੇ ਡੁਪਲੀਕੇਟ ਮੈਰਿਜ ਕਰਵਾਓਗੇ ਤੁਹਾਡਾ ਵਿਆਹ ਇੱਕ ਹੋਊਗਾ। ਹੋਰ ਮੈਂ ਤੁਹਾਨੂੰ ਦੱਸਦਾ, ਰਾਜੇ ਮਹਾਰਾਜੇ ਜੋਤਸ਼ੀਆਂ ਤੋਂ ਪੁੱਛੇ ਬਗੈਰ ਕੋਈ ਕੰਮ ਨਹੀਂ ਕਰਦੇ ਸੀ, ਹਾਂਜੀ, ਲੇਕਿਨ ਜੋਤਸ਼ੀਆਂ ਨੇ ਜੇ ਕਹਿਣਾ ਜੰਗ ਲੜ ਲਓ, ਉਹਨੇ ਲੜ ਲਏ, ਜਿੱਥੇ ਕਹਿਤਾ ਬੰਦ ਹੈ ਬੰਦ। ਰਾਜਿਆਂ ਨੇ ਮਾਰ ਕਿੱਥੋਂ ਖਾਧੀ? ਜਿੱਥੋਂ ਉਹਨਾਂ ਨੇ ਆਪਦੀ ਮਰਜ਼ੀਆਂ ਕੀਤੀਆਂ, ਹਾਂਜੀ, ਠੀਕ ਹੈ ਜੀ। ਔਰ ਇਸੇ ਤਰ੍ਹਾਂ ਜੋਤਿਸ਼ ਇਹ ਬਹੁਤ ਟਾਈਮ ਤੋਂ ਚੱਲੀ ਆਉਂਦੀ ਹੈ, ਜਿਹੜਾ ਅੱਜ ਦੀ ਡੇਟ 'ਚ ਕੀ ਹੋ ਗਿਆ, ਲੋਕਡਾਊਨ ਤੋਂ ਬਾਅਦ ਜੋਤਿਸ਼ ਹੈ ਨਾ ਜਿਹੜੀ, ਹਾਂਜੀ, ਜੋਤਿਸ਼ ਕਰਨ ਵਾਲੇ ਅਤੇ ਸਮਝਣ ਵਾਲੇ ਗਲਤ ਹੋ ਸਕਦੇ, ਜੋਤਿਸ਼ ਗਲਤ ਨਹੀਂ ਹੋ ਸਕਦੀ। ਹੁਣ ਜੇ ਮੈਨੂੰ ਕੰਮ ਹੀ ਨਹੀਂ ਆਉਂਦਾ, ਮੈਂ ਕਰੀ ਜੂੰਗਾ ਅਤੇ ਲੋਕਾਂ ਦਾ ਮੈਂ ਬੇੜਾ ਗਰਕ ਕਰੂੰਗਾ, ਹਾਂਜੀ। ਜਿਹੜੇ ਬੰਦੇ ਨੂੰ ਪ੍ਰੈਕਟਿਸ ਨਹੀਂ ਹੋਊਗੀ, ਬਗੈਰ ਮਤਲਬ ਤੋਂ ਜਾ ਕੇ ਅਪਾਈ ਕਰ ਜੂਗਾ, ਉਹ ਵੀ ਪਹਿਲੇ ਬੰਦੇ ਕੋਲ ਬੈਠੋ, ਉਹਨੂੰ ਪੁੱਛੋ ਵੀ ਗੱਲ ਸਹੀ ਹੈ ਕਿ ਗਲਤ ਹੈ। ਨੈੱਟ ਦੇ ਉੱਤੇ ਹੁੰਦੇ ਨੇ ਬਣਤ ਜੀ ਉਹ, ਦੇਖੋ ਨੈੱਟ 'ਤੇ ਪਤਾ ਕੀ ਹੁੰਦਾ, ਹਰ ਬੰਦਾ ਅੱਜ ਦੀ ਡੇਟ 'ਚ ਪਤਾ ਕੀ ਹੈ, ਕੋਈ ਵੀ ਬੰਦਾ 2 ਮਹੀਨੇ ਦੀ 4 ਮਹੀਨੇ ਦੀ ਕਲਾਸ ਲਾਈ ਮੁੜ ਕੇ ਆਪਦਾ ਖੋਲ੍ਹ ਕੇ ਬਹਿ ਜਾਂਦਾ। ਹਾਂਜੀ, ਹੁਣ ਤੁਸੀਂ ਸਮਝ ਲਓ ਕਿ ਤੁਸੀਂ ਕੋਈ ਕੰਮ ਕਰਦੇ ਹੋ, ਤੁਹਾਨੂੰ ਦੇਖ ਕੇ ਲੋਕੀ ਕੰਮ ਕਰਨ ਲੱਗ ਜੂਗੇ, ਪਰ ਤੁਹਾਡੇ ਵਰਗੀ ਲਾਈਨ ਤਾਂ ਨਹੀਂ ਫੜ ਲੂਗਾ। ਹੁਣ ਹਰੇਕ ਬੰਦਾ ਅਫਤਾਬਾ 'ਚ ਨਹੀਂ ਬਣਨ ਲੱਗਿਆ, ਹਰੇਕ ਧਰਵਿੰਦਰ ਨਹੀਂ ਬਣਨ ਲੱਗਿਆ, ਉਹਨੂੰ ਬਣਨ ਨੂੰ ਟਾਈਮ ਲੱਗੂਗਾ, ਪਰ ਉਹਨਾਂ 'ਚੋਂ ਨਿਕਲੂਗੇ, ਲੱਖਾਂ 'ਚੋਂ 1-2 ਨਿਕਲੂਗੇ, ਹਾਂਜੀ, ਜ਼ਿਆਦਾ ਤਾਂ ਨਹੀਂ ਨਿਕਲੂਗੇ। ਜੋਤਿਸ਼ ਵੀ ਬੜੇ ਸਟਾਈਲ ਦੇ ਹੁੰਦੇ ਆ, ਸਮਝਣਾ ਪੈਂਦਾ ਵੀ ਇਹਨੂੰ ਕਿੰਨੀ ਕੁ ਵਿੱਦਿਆ ਦਾ ਗਿਆਨ ਹੈ। ਔਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣ ਲੱਗਿਆ, ਅਗਰ ਤੁਹਾਡੀ ਮੇਰੀ ਰਾਸ਼ੀ ਨਹੀਂ ਮਿਲਦੀ, ਹਾਂਜੀ, ਤਾਂ ਮੈਂ ਚਾਹੇ ਜਿੰਨਾ ਮਰਜ਼ੀ ਵਧੀਆ ਜੋਤਸ਼ੀ ਆਵਾਂ, ਤੁਹਾਨੂੰ ਮੇਰੀ ਗੱਲ ਜਚਣੀ ਨਹੀਂ, ਅਤੇ ਜੇ ਜੱਚ ਵੀ ਗਈ ਤਾਂ ਤੁਸੀਂ ਉਪਾਅ ਨਹੀਂ ਕਰਨਾ, ਕਿਉਂਕਿ ਤੁਸੀਂ ਮੇਰੇ ਐਂਟੀ ਚੱਲਣਾ, ਨਹੀਂ ਬਣਨੀ ਸਾਡੀ, ਮਤਲਬ ਹਾਂ, ਇਹ ਵੀ ਬਹੁਤ ਵੱਡੀਆਂ ਚੀਜ਼ਾਂ ਹੁੰਦੀਆਂ। ਹੁਣ ਸਾਡੇ ਕੋਲ ਕਈ ਵਾਰੀ ਕੋਈ ਬੰਦਾ ਆਉਂਦਾ, ਅਸੀਂ ਦੇਖੀਦਾ, ਅਸੀਂ ਕਹੀਦਾ ਯਾਰ ਇਹਨੂੰ, ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇਸ ਬੰਦੇ ਨੂੰ ਕਿਸ ਚੀਜ਼ ਦੀ ਲੋੜ ਹੈ,
ਪਹਿਲੇ ਤੁਹਾਨੂੰ ਦੇਖਣਾ, ਫਿਰ ਤੁਹਾਡੇ ਬੱਚੇ ਦੇਖਣੇ, ਫਿਰ ਤੁਹਾਡਾ ਘਰ ਦੇਖਣਾ, ਫਿਰ ਘਰ ਦੇਖਣ ਤੋਂ ਬਾਅਦ ਜੇ ਤੁਹਾਡੇ ਆਸ ਪੜੋਸ ਦੇ ਵਿੱਚ ਕਿਸੇ ਨੇ ਮਕਾਨ ਸ਼ੁਰੂ ਕਰ ਲਿਆ ਉਦੋਂ ਫਿਰ ਤੁਹਾਨੂੰ ਡਾਊਨਫਾਲ ਆਊਗਾ। ਇਹ ਜਿਹੜਾ ਮਰਜ਼ੀ ਵੇਖ ਲਏ, ਅੱਜ ਦੀ ਡੇਟ 'ਚ ਕੋਈ ਜੋਤਸੀ ਇਹ ਚੀਜ਼ ਦੇਖਦਾ ਹੀ ਨਹੀਂ। ਜਿਵੇਂ ਮੈਂ ਤੁਹਾਡੇ ਮੂਹਰੇ ਬੈਠਾ, ਮੰਨ ਲਓ ਮੈਨੂੰ ਕਿਹੜੀ ਚੀਜ਼ ਦੀ ਲੋੜ ਹੋਊਗੀ? ਤੁਹਾਨੂੰ ਇਸ ਟਾਈਮ ਜਿਹੜਾ ਟਾਈਮ ਤੁਹਾਡਾ ਚੱਲ ਰਿਹਾ, ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਜਿਹੜਾ ਟਾਈਮ ਤੁਹਾਡਾ ਹੁਣ ਚੱਲ ਰਿਹਾ, ਤੁਸੀਂ ਸਭ ਤੋਂ ਪਹਿਲੇ ਲੜਕੀਆਂ ਤੋਂ ਦੂਰ ਰਹੋ। ਸੁਣ ਲਓ ਇੱਕ, ਦੂਜੇ ਨੰਬਰ 'ਤੇ ਧਾਰਮਿਕ ਸਥਾਨ 'ਤੇ ਸੇਵਾ, ਹਾਂਜੀ, ਬਜ਼ੁਰਗਾਂ ਦੇ ਪੈਰੀ ਹੱਥ ਲਾਣੇ, ਹਾਂਜੀ, ਬੁਰਸ਼ ਦੋ ਵਾਰੀ ਕਰਨਾ, ਠੀਕ ਹੈ ਜੀ, ਸਰੀਰ ਨੂੰ ਸਾਫ਼ ਰੱਖਣਾ, ਹਾਂਜੀ, ਰੋਜ਼ ਕੱਪੜੇ ਬਦਲਣੇ, ਪਰਫਿਊਮ ਪੋਟ ਲਗਾਉਣਾ। ਉਸ ਤੋਂ ਬਾਅਦ ਤੁਹਾਡਾ ਜਿਹੜਾ ਟਾਈਮ ਠੀਕ ਆਉਣਾ, ਲਿਖ ਕੇ ਰੱਖ ਲਿਓ। ਜਿੰਨੇ ਬੰਦੇ ਵੀ ਮੇਰਾ ਪ੍ਰੋਗਰਾਮ ਦੇਖ ਰਹੇ ਆ ਜਾਂ ਕੁਛ ਵੀ ਤੁਹਾਨੂੰ ਮਿਲੇ ਆ, ਟਾਈਮ ਨੋਟ ਕਰਕੇ ਰੱਖ ਲਿਓ। 8ਵੇਂ ਮਹੀਨੇ ਤੋਂ ਬਾਅਦ ਤੁਸੀਂ ਚੇਂਜ ਆਊਗੀ ਤੁਹਾਡੇ 'ਚ, ਠੀਕ ਹੈ ਜੀ। ਲੇਕਿਨ ਪੈਸਿਆਂ ਵਾਸਤੇ ਤੁਸੀਂ ਜਿੰਨੇ ਕੁ ਤੁਸੀਂ ਸਾਫ਼ ਸੁਥਰੇ ਰਹੋਗੇ, ਕੋਰੇ ਬਣ ਕੇ ਚੱਲੋਗੇ, ਝੂਠ ਨਹੀਂ ਬੋਲੋਗੇ ਤਾਂ ਪੈਸੇ ਆਊਗੇ। ਖੁਸ਼ੀ ਬੰਦ ਕਰ ਦਿਓ, ਪੈਸੇ ਆਊਗੇ, ਜਿੱਥੇ ਖੁਸ਼ੀ ਮਨਾ ਲਈ ਤੁਹਾਡੇ ਪੈਸੇ ਜਾਊਗੇ। ਐਂ ਤਾਂ ਹੁੰਦਾ ਜਦੋਂ ਮੈਂ ਬਾਹਲਾ, ਲੇਕਿਨ ਟਾਈਮ ਜਿਹੜਾ ਹੈ ਤੁਹਾਡਾ, ਹਾਲੇ ਜ਼ਿਆਦਾ ਟਾਈਮ ਅੱਛਾ ਨਹੀਂ। ਤੁਹਾਡਾ ਟਾਈਮ, ਸਹੀ ਟਾਈਮ ਤੁਹਾਡਾ ਆਉਣਾ 2027 ਦੇ ਫਰਵਰੀ ਤੋਂ ਬਾਅਦ। ਬਾਹਲਾ ਲੰਬਾ ਗੇੜ ਹੈ ਜੀ। ਗੇੜ ਲੰਬਾ ਨਹੀਂ ਹੈਗਾ, ਮੈਂ ਤੁਹਾਨੂੰ ਇੱਕੋ ਗੱਲ ਕਹਿ ਕੇ ਹਟਿਆ ਕਿ ਤੁਸੀਂ ਸੱਚ ਬੋਲਣਾ, ਸੱਚ ਬੋਲੋਗੇ ਟਾਈਮ ਜਲਦੀ ਨੇੜੇ ਆ ਜਾਊਗਾ, ਵਧੀਆ ਰਹੂਗਾ। ਜਿੱਥੇ ਝੂਠ ਬੋਲਿਆ ਜਾਂ ਆਪਦੀ ਮਰਜ਼ੀ ਕਰ ਲਈ ਜਾਂ ਖੁਸ਼ੀ ਮਨਾ ਲਈ, ਤੁਹਾਨੂੰ ਨੁਕਸਾਨ ਹੋਊਗਾ। ਚਲੋ ਸਾਰੀਆਂ ਗੱਲਾਂ ਛੱਡੋ, ਤੁਸੀਂ ਜਦੋਂ ਤੋਂ ਸੋਹਣੇ ਬਣ ਕੇ ਰਹਿੰਦੇ ਹੋ ਤੁਹਾਨੂੰ ਫਾਇਦਾ ਹੁੰਦਾ, ਵਾਕਈ ਹੁੰਦਾ ਜੀ। ਜਦੋਂ ਤੁਸੀਂ ਉੱਦਾਂ ਦੇ ਬਣ ਕੇ ਰਹਿੰਦੇ ਹੋ ਤੁਹਾਨੂੰ ਫਾਇਦਾ ਨਹੀਂ ਹੁੰਦਾ। ਹੁਣ ਅਸੀਂ ਆਪਦੀ ਡੇਟ ਆਫ ਬਰਥ ਦੇ ਵਿੱਚ ਬੜੀਆਂ ਚੀਜ਼ਾਂ ਦੇਖਦੇ ਹਾਂ, ਬੜੇ ਸਟੋਨ ਆ। ਇੱਕ ਚੀਜ਼ ਹੋਰ ਹੈ, ਹਾਂਜੀ, ਸਾਡੇ ਘਰ ਦੇ ਵਿੱਚ ਮਜ਼ਬੂਤੀ ਚਾਹੀਦੀ ਹੈ, ਹਾਂਜੀ, ਠੀਕ ਹੈ ਜੀ। ਅਸੀਂ ਆਪਦੇ ਘਰ ਨੂੰ ਅਤੇ ਆਪਦੀ ਸਿਹਤ, ਆਪਣਾ ਜੇ ਪੇਟ ਠੀਕ ਹੈ ਤਾਂ ਆਪਾਂ ਤੰਦਰੁਸਤ ਹਾਂ, ਹਾਂਜੀ। ਜੇ ਆਪਣੇ ਘਰ ਦੇ ਵਿੱਚ ਸੈਂਟਰ ਠੀਕ ਹੈ ਤਾਂ ਆਪਾਂ ਤੰਦਰੁਸਤ ਹਾਂ, ਬਿਲਕੁਲ ਜੀ, ਠੀਕ ਹੈ ਜੀ। ਤੁਹਾਡੀ ਕੁੰਡਲੀ ਦੇ ਵਿੱਚ ਤੁਹਾਡਾ ਜਿਹੜਾ ਹੈ ਨਾ ਮੇਨ ਪੇਟ ਹੈ, ਉਹ ਸੈੱਟ ਹੈ, ਘਰ ਸੈੱਟ ਹੈ, ਹਾਂਜੀ। ਹੁਣ ਤੁਸੀਂ ਕੀ ਕਰਨਾ, ਤੁਸੀਂ ਟੋਰ ਕਦੇ ਕਦੇ ਕੱਢਦੇ ਹੋ, ਉਹਦੇ ਵਿੱਚ ਕੀ ਹੈ ਕਿ ਛੋਟਾ ਜਿਹਾ ਉਪਾਏ ਹੈ, ਸਿੰਪਲ ਜਿਹਾ ਉਪਾਏ ਹੈ। ਤੁਸੀਂ ਵੋਚ ਲਾ ਕੇ ਰੱਖਣੀ ਹੈ ਗੋਲਡਨ ਚੈਨ ਵਾਲੀ, ਹਾਂਜੀ, ਠੀਕ ਹੈ ਜੀ। ਪਰਫਿਊਮ ਪਾਊਡਰ ਲਗਾਉਣਾ ਸ਼ੁਰੂ ਕਰ ਦਿਓ, ਤੁਹਾਡੀ ਜ਼ਿੰਦਗੀ ਸੁਧਰ ਜੂਗੀ, ਫਾਇਦੇ ਹੋਣੇ ਸ਼ੁਰੂ ਹੋ ਜੂਗੇ। ਤੁਸੀਂ ਮੇਰੇ ਤੋਂ ਇੱਕ ਚੀਜ਼ ਹੋਰ ਹੈ, ਅੱਜ ਤੁਸੀਂ ਮੈਨੂੰ ਪੁੱਛ ਲਿਆ, ਅਗਰ ਕਿਸੇ ਬੰਦੇ ਨੇ ਜ਼ਿੰਦਗੀ 'ਚ ਜ਼ਿਆਦਾ ਤਰੱਕੀ ਕਰਨੀ ਹੈ, ਉਹ ਆਪਦੇ ਬਾਰੇ 6 ਮਹੀਨਿਆਂ ਬਾਅਦ ਚੰਗੇ ਜੋਤਸ਼ੀ ਨਾਲ ਸਲਾਹ ਕਰੋ, ਹਰੇਕ 6 ਮਹੀਨੇ ਬਾਅਦ ਪੁੱਛੋ ਤੁਹਾਨੂੰ ਸਟੋਨ ਕਿਹੜਾ ਪੈਣਾ। ਹਾਂਜੀ, ਮੈਂ ਸਟੋਨ 'ਤੇ ਸੱਚ ਆਈ ਜਾਂਦਾ ਸੀ, ਜਿਵੇਂ ਆਪਣੇ ਕੋਲ ਆਹ ਸਟੋਨ ਵਾਹਵਾ ਪਏ ਨੇ, ਹੈ ਨਾ ਜੀ। ਮੈਨੂੰ ਕਈ ਬੰਦੇ ਮਿਲਦੇ ਨੇ, ਉਹਨਾਂ ਨੇ ਇੱਕੋ ਸਟੋਨ ਪਾਇਆ, ਕਹਿੰਦੇ ਜਿੱਦਣ ਦਾ ਪਾਇਆ ਕੰਮ ਲੋਟ ਆ। ਮੈਂ ਦੱਸਦਾ ਜੀ, ਹਾਂਜੀ, ਪਹਿਲੀ ਗੱਲ ਤਾਂ ਇਹ ਕਿ ਤੁਹਾਨੂੰ ਸਟੋਨ ਕਿਹੜਾ ਸੂਟੇਬਲ ਹੈ, ਹਾਂਜੀ, ਠੀਕ ਹੈ ਜੀ, ਉਹ ਪੈਣੇ ਹੈ, ਠੀਕ ਹੈ ਜੀ। ਹੁਣ ਤੁਸੀਂ ਅਪਾਏ ਕੀ ਕਰਨੇ ਹੈ, ਹਾਂਜੀ, ਠੀਕ ਹੈ ਜੀ। ਹੁਣ ਕ੍ਰਿਸਟਲ ਪੈਂਦਾ, ਹਾਂਜੀ, ਸਟੋਨ ਪੈਂਦੇ ਹੈ ਸਾਡੇ ਕੋਲ, ਨੀਲਮ, ਪੁਖਰਾਜ। ਪਰ ਇਹ ਨਹੀਂ ਹੈਗਾ, ਹੁਣ ਪੁਖਰਾਜ ਨੀਲਮ ਮਹਿੰਗੇ ਹੈ, ਆਪਾਂ ਸੋਚ ਲਈ ਯਾਰ ਬੰਦਾ ਆ ਗਿਆ ਇਹਨੂੰ ਨੀਲਮ ਪਵਾ ਦਿਓ, ਜਿਸ ਬੰਦੇ ਨੂੰ ਜਿਹੜਾ ਸਟੋਨ ਪੈਂਦਾ ਪਹਿਲੇ ਉਹ ਪਵਾਓ। ਪਵਾਉਣ ਤੋਂ ਬਾਅਦ ਅਸੀਂ ਕੀ ਕਰਦੇ ਹਾਂ, ਸਾਡੇ ਕੋਲ ਇੱਕ ਬੰਦਾ ਆ ਗਿਆ, ਉਹਨੂੰ ਕਹੀਦਾ ਜੀ ਤੁਸੀਂ ਕੁੰਡਲੀ ਦਿਖਾ ਦਿਓ, ਹਾਂਜੀ। 3 ਮਹੀਨੇ ਤੁਹਾਡੀ ਫੀਸ ਜਿਹੜੀ, ਇੱਕ ਵਾਰੀ ਆ ਗਈ, 3 ਮਹੀਨੇ ਘਰੇ ਬੈਠੇ ਜਿੰਨੀ ਵਾਰੀ ਮਰਜ਼ੀ ਪੁੱਛ ਲਓ। ਹੁਣ ਪਹਿਲੀ ਗੱਲ ਤਾਂ ਤੁਸੀਂ ਅੱਜ ਮੈਨੂੰ ਪੈਸੇ ਦੇ ਤੇ, ਹਾਂਜੀ। ਹੁਣ ਦੂਜੀ ਵਾਰੀ ਬੰਦੇ ਦਾ ਨਾ ਪੰਜਾਬੀ ਦਾ ਜੀ ਨਹੀਂ ਕਰਦਾ ਪੈਸੇ ਖਰਚਣ ਨੂੰ, ਬਿਲਕੁਲ ਜੀ, ਹਾਂਜੀ। ਉਹਨੇ ਹੁਣ 15 ਦਿਨ ਬਾਅਦ 10 ਮਿੰਟ ਤੋਂ ਉਪਾਏ ਨਹੀਂ ਸਹੀ ਹੋਇਆ, ਜਾਂ ਉਹਨੂੰ ਕੋਈ ਗੱਲਬਾਤ ਹੈ, ਉਹਨੇ ਕਹਿੰਦਾ ਯਾਰ ਪੰਡਿਤ ਕੋਲੇ ਜਾਵਾਂਗੇ ਫਿਰ ਪੈਸੇ ਦੇਣੇ ਪੈਣੇ, ਹਾਂਜੀ। ਅਸੀਂ ਜਦੋਂ ਉਹਨੂੰ ਕਹਿਤਾ 3 ਮਹੀਨੇ ਜਿੰਨੀ ਵਾਰੀ ਮਰਜ਼ੀ ਘਰੇ ਬੈਠਾ ਪੁੱਛੀ ਜਾ, ਬਾਊ ਜੀ ਤੁਹਾਡੇ ਤੋਂ ਮਾੜੀ ਜਿਹੀ ਗਲਤੀ ਹੋਈ, ਅਸੀਂ ਇੱਥੇ ਬੈਠੇ ਨੇ ਦੱਸਣਾ, ਹਾਂਜੀ,
ਤੁਹਾਡਾ ਲਾਈਨ 'ਤੇ ਆ ਗਿਆ, ਜਦੋਂ ਤੁਹਾਡਾ ਕੰਮ ਬਣ ਗਿਆ ਤੁਹਾਡੇ, ਤੁਸੀਂ ਚਾਰ ਬੰਦੇ ਨੂੰ ਦੱਸਣਾ ਯਾਰ ਉਸ ਬੰਦੇ ਨੇ ਮੈਨੂੰ 5 ਵਾਰੀ ਨਹੀਂ 10 ਵਾਰੀ ਦੱਸਤਾ 3 ਮਹੀਨਿਆਂ 'ਚ, ਹਾਂਜੀ ਮੈਂ ਜਾ ਕੇ ਵੀ ਪੁੱਛਿਆ ਮੈਨੂੰ ਫਿਰ ਉਸੇ ਫੀਸ 'ਚ ਦੱਸਤਾ, ਤਸੱਲੀ ਹੋ ਗਈ ਨਾ। ਇੱਦਾਂ ਹੀ ਆਪਣਾ ਟੀਚਰ ਚੰਗਾ ਹੁੰਦਾ, ਉਹ ਕਹਿੰਦਾ ਬੱਚੇ ਸਵਾਲ ਕਰ, ਜੇ ਤੈਨੂੰ ਸਵਾਲ ਨਹੀਂ ਆਉਂਦਾ ਮੈਨੂੰ ਆ ਕੇ ਰਾਤ ਨੂੰ ਜਾਂ ਦਿਨੇ ਮੇਰੇ ਕੋਲ ਆ ਕੇ ਖੜ੍ਹ ਜਾ, ਸਵਾਲ ਪੁੱਛ ਤਾਂ ਮੈਨੂੰ ਤੈਨੂੰ ਦੱਸੂਗਾ ਸਵਾਲ ਦਾ ਆਨਸਰ ਕੀ ਨਿਕਲਣਾ। ਬੰਦੇ ਦੀ ਦਲੇਰੀ ਆ ਜਾਂਦੀ ਹੈ। ਅਸੀਂ ਬੰਦੇ ਨੂੰ ਇੱਕ ਵਾਰੀ ਪੈਸੇ ਲੈਣ ਤੋਂ ਮੁੜ ਕੇ ਅਸੀਂ ਉਸ ਬੰਦੇ ਨੂੰ ਭੁੱਲ ਜਾਈਦਾ, ਇਹ ਨਹੀਂ ਚਾਹੀਦਾ। ਜੋ ਤੁਸੀਂ ਬੜੀ ਵੱਡੀ ਚੀਜ਼ ਹੈ, ਤੁਸੀਂ ਮੇਰੇ ਨਾਲ ਕੋਈ ਕੁਐਸਚਨ ਕਰੋ ਕਿਸੇ ਬਾਰੇ, ਮੈਂ ਤੁਹਾਨੂੰ ਦੱਸ ਦੂੰਗਾ ਵੀ ਇਹਦਾ ਆਹ ਰੀਜ਼ਨ ਹੈ, ਠੀਕ ਹੈ। ਤੁਹਾਨੂੰ ਕੋਈ ਗੱਲ ਯਾਦ ਆਉਂਦੀ ਹੈ, ਕੁਛ ਆਉਂਦਾ, ਮੇਰੇ ਨਾਲ ਗੱਲ ਕਰੋ ਵੀ ਆਹ ਚੀਜ਼ ਹੈਗੀ ਹੈ ਕਿ ਨਹੀਂ, ਮੈਂ ਦੱਸੂਗਾ ਹੈਗੀ ਕਿ ਨਹੀਂ ਮੈਂ ਦੱਸੂ, ਜੇ ਮੇਰੇ 'ਚ ਦਮ ਹੋਊਗਾ। ਹਾਂਜੀ, ਜੇ ਮੈਂ ਐਵੇਂ ਖੇਡ ਕਰੀ ਜਾਊਂਗਾ ਤਾਂ ਕੋਈ ਫਾਇਦਾ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਭਾਈ ਸਾਰਿਆਂ ਨੂੰ, 6 ਮਹੀਨੇ ਪਹਿਲਾਂ ਦੀ ਗੱਲ ਆ, ਅੱਜ ਤੋਂ ਪੰਡਤ ਜੀ ਨੇ ਪ੍ਰਿਤਪਾਲ ਨੂੰ ਇੱਕ ਗੱਲ ਕਹੀ ਸੀਗੀ। ਇੱਕ ਮੁੰਡਾ ਸੀ ਸਾਡੇ ਕੋਲ ਬੈਸਕੀ, ਤੁਸੀਂ ਕਹਿ ਤਾ ਕਿ ਭਾਈ ਇਹ ਮੁੰਡੇ ਨੂੰ ਗੱਡੀ ਨਹੀਂ ਦੇਣੀ, ਇਹਨੇ ਗੱਡੀ ਫੜਾ ਤੀ, ਦੋ ਐਕਸੀਡੈਂਟ ਕੀਤੇ, ਪਹਿਲਾ ਐਕਸੀਡੈਂਟ ਛੋਟਾ ਹੋਇਆ। ਗੱਲ ਪਤਾ ਕਿੱਦਾਂ ਹੋਈ, ਮੈਂ ਆਇਆ ਪੰਡਤ ਜੀ ਕੋਲ, ਤੈਨੂੰ ਪਤਾ ਮੈਂ ਆਉਂਦਾ ਜਾਂਦਾ ਰਹਿੰਦਾ, ਅਤੇ ਇਹਨਾਂ ਦਾ ਇੱਕ ਬਾਕ ਸੀਗਾ ਮੇਰੇ ਕੋਲ, ਪੰਡਤ ਜੀ ਆਏ ਸੀ ਜੀਪ ਲੈਣ, ਜਦੋਂ ਪਹਿਲੀ ਵਾਰੀ ਇਹਨਾਂ ਨੂੰ ਮੈਂ ਮਿਲਿਆ, ਇਹਨਾਂ ਨੇ ਮੇਰੀ ਮਾਤਾ ਨੂੰ ਇਹ ਗੱਲ ਕਹੀ ਕਿ 1 ਸਾਲ ਬਾਅਦ ਇਹ ਗੱਡੀਆਂ ਦੀਆਂ ਚਾਬੀਆਂ ਵਿੱਚ ਛੱਡ ਕੇ ਭੁੱਲ ਜਾਇਆ ਕਰੂਗਾ, ਗੱਡੀਆਂ ਸੜਕਾਂ 'ਤੇ ਖੜੀਆਂ ਰਹਿ ਜਾਣਗੀਆਂ। ਤਾਂ ਮੇਰੇ ਹਿਸਾਬ ਨਾਲ ਸਾਲ ਦੂਰ ਸੀ, 9 ਮਹੀਨੇ ਲੱਗੇ ਆ, ਤਾਂ ਗੱਡੀਆਂ ਆਦਮਪੁਰ ਸੀਟ ਕਵਰ ਵਾਲੀ ਜੋਗੀ ਦੀ ਦੁਕਾਨ 'ਤੇ ਬਾਹਰ 3-3 ਖੜੀਆਂ ਰਹਿੰਦੀਆਂ, ਅੱਜ ਵੀ ਮੈਨੂੰ ਪਤਾ ਨਹੀਂ ਮੋਗੇ ਕਿੰਨੀਆਂ ਖੜੀਆਂ, ਗਿੱਪੀ ਕੋਲ ਕਿੰਨੀਆਂ ਖੜੀਆਂ, ਬਲਜੀਤ ਦੇ ਮੁੰਡਿਆਂ ਤੋਂ ਕਿੰਨੀਆਂ ਖੜੀਆਂ, ਘਰੇ ਕਿੰਨੀਆਂ ਖੜੀਆਂ, ਕੋਈ ਪਤਾ ਹੀ ਨਹੀਂ ਇਹਨਾਂ ਦੀ ਜ਼ੁਬਾਨ ਕਰਕੇ। ਮੈਂ ਨਾ ਘੁੰਮਦਾ ਜਾਂਦਾ ਰਹਿੰਦਾ, ਜਾਣੀ ਹਫ਼ਤੇ 10 ਦਿਨ ਕਿਹੜਾ ਮਾਰਨਾ ਹੀ ਆ। ਮੈਂ ਤਾਂ ਬੈਸਕੀ ਆਏ ਦੋ ਜਣੇ, ਤੂੰ ਵੀ ਨਾਲ ਹੀ ਸੀਗਾ, ਬੈਸਕੀ ਬਹਿ ਗਿਆ ਉਹ ਕੁਰਸੀ 'ਤੇ, ਮੈਂ ਇੱਥੇ ਬਹਿੰਦਾ ਆਣ ਕੇ, ਤੈਨੂੰ ਪਤਾ ਮੈਂ ਉਦੋਂ ਕੁਰਸੀ ਧੂਕ ਲਿਆ ਕੇ ਪੰਡਿਤ ਜੀ ਨਾਲ ਅੜ ਕੇ ਬਹਿਣਾ, ਕਿਉਂਕਿ ਯਾਰੀ ਬਹੁਤ ਆ, ਇੱਕ ਜੇ ਮਿਲਦੇ ਚਲੋ ਵਧੀਆ ਨਾ ਸਿਸਟਮ। ਪੰਡਿਤ ਜੀ ਨੇ ਉਹਨੂੰ ਕਿਹਾ ਬਈ ਇਹ ਬੰਦਾ ਐਕਸੀਡੈਂਟ ਕਰੂਗਾ, ਕਰੂਗਾ ਵੀ 5-10 ਦਿਨ ਦੇ ਵਿੱਚ ਗੱਡੀ ਨਾ ਇਹਨੂੰ ਫੜਾਈ। ਚਲੋ ਜੀ, ਮੈਂ ਕਿਹਾ ਠੀਕ ਆ ਜੀ। ਮੁੜ ਕੇ ਕੀ ਹੋਇਆ, ਉਹਨੇ ਕੋਈ ਗਾਹਕ ਆਏ ਜੀਪ ਲੈ ਕੇ, ਉਹਨਾਂ ਨੂੰ ਜੀਪ ਵੇਚੀ, ਉਹ ਜੀਪ ਲੈ ਕੇ ਚੱਲੇ, ਉਹਨਾਂ ਦੀ ਗਿੱਟ ਮਿੱਟ ਬੈਸਕੀ ਨਾਲ ਰਲ ਗਈ, ਬੈਸਕੀ ਉਹਨਾਂ ਨਾਲ ਬਹਿ ਕੇ ਪੈਗ ਪੁੱਗ ਲਾਉਣ ਇੱਧਰ ਫਗਵਾੜੇ ਵੱਲੋਂ ਆ ਗਏ। ਬਸ ਫਿਰ ਜਦੋਂ ਰਾਵਲਪਿੰਡੀ ਆਏ, ਜੀਪ ਵੱਜੀ ਬੱਸ 'ਚ, ਬੈਸਕੀ ਦਾ ਰੁਪਈਆ ਲੱਗਾ 3 ਲੱਖ। ਰਾਤ ਨੂੰ ਚੱਕ ਕੇ ਲਿਆਂਦਾ ਫਗਵਾੜੇ, ਫਗਵਾੜਿਓ ABAE ਕਿਹੜਾ ਹੋਸਪਿਟਲ ਆ ਉਹ, ਕਪੂਰਥਲਾ ਰੋਡ 'ਤੇ, ਚਲੋ ਐਨੀਵੇ ਛੱਡੋ, ਉੱਥੇ ਲੈ ਕੇ 3-4 ਲੱਖ ਰੁਪਇਆ ਲੱਗਾ। ਪੰਡਤ ਜੀ ਨੂੰ ਇੱਥੇ ਬੈਠਣ ਨੂੰ ਪਤਾ ਲੱਗਾ, ਪੰਡਤ ਜੀ ਨੇ ਮੰਮੀ ਨੂੰ ਫੋਨ ਕੀਤਾ ਦੂਜੇ ਦਿਨ ਸਵੇਰ ਨੂੰ, ਕਾਂਡ ਹੋ ਗਿਆ, ਮੈਂ ਉਹਨੂੰ ਰੋਕਿਆ ਸੀਗਾ। ਗੱਲ ਕੀ ਹੈ ਕਿ ਇਹਨਾਂ ਨੇ ਅੱਜ ਤੱਕ ਜੋ ਮੇਰੇ ਬਾਰੇ ਬੋਲਿਆ, ਮੈਨੂੰ ਲੋਕਾਂ ਦਾ ਨਹੀਂ ਪਤਾ, ਪੱਥਰ ਤਾਂ ਲੀਕ ਆ, 2020 ਦੇ ਵਿੱਚ ਕਹਿਤਾ ਸੀ ਅੰਡੈਵਰ ਤੈਨੂੰ ਦੇਣੀ, ਚੇਤਾ ਕਿੰਨੇ ਗਾਹਕ ਆਏ ਪੰਡਤ ਜੀ, ਬਹੁਤ ਆਏ, ਅਤੇ ਸੌਦਾ ਵੀ ਇੱਦਾਂ ਹੋਇਆ, ਮੈਂ ਤਾਂ ਫੋਰਚੂਨਰ ਲੈਣ ਤੁਰਿਆ ਸੀਗਾ, ਬਸ ਐਂ ਹੀ ਸੌਦਾ ਹੋ ਗਿਆ ਲੈ। ਆ ਹੁਣ ਵੇਚੀ ਹੈ, ਮਹੀਨਾ ਪਹਿਲੇ, 2 ਮਹੀਨੇ ਪਹਿਲੇ, ਠੀਕ ਹੈ ਜੀ। ਕਦੋਂ ਦੀ ਮੇਰੀ ਗੱਲ ਜੀ, ਮੈਂ ਤੁਹਾਨੂੰ ਇੱਕ ਗੱਲ ਕਰਨੀ ਚਾਹੁੰਦਾ ਕਿ ਜਿੱਦਾਂ ਪਿੰਡਾਂ ਦੇ ਵਿੱਚ ਬੁੜੀਆਂ ਕਹਿੰਦੀਆਂ ਸਾਡੇ ਘਰ ਖੂਨ ਦੇ ਛਿੱਟੇ ਆਏ, ਸਾਡੇ ਘਰ ਕਿਸੇ ਨੇ ਮਸਾਣੀ ਪੜ੍ਹਤੀ, ਘਰ ਕੀਲਤਾ, ਕੰਮ ਬੰਨਤਾ, ਇਹ ਕੀ ਗੱਲਾਂ ਹੁੰਦੀਆਂ, ਕਾਲੇ ਇਲਮ ਨਾ ਕਰਤਾ, ਕੁੱਕੜ ਛੱਡਤਾ, ਕਾਲਾ ਉਹ ਕਰਤਾ, ਇਹ ਕੀ ਚੀਜ਼ਾਂ ਹੁੰਦੀ? ਮੈਂ ਤੁਹਾਨੂੰ ਸਮਝਾਉਂਦਾ, ਦਰਅਸਲ ਕੀ ਹੁੰਦਾ ਕਿ ਸਾਡੇ ਘਰ 'ਚ ਨਹੀਂ, ਵੈਸੇ ਵੀ ਹਰ ਜਗ੍ਹਾ ਦੇ ਉੱਪਰ ਹੁਣ ਉਹ ਜ਼ਮਾਨੇ ਖਤਮ ਹੋ ਗਏ। ਹਾਂਜੀ, ਠੀਕ ਹੈ ਜੀ, ਕੱਪੜੇ ਕੁੱਪੜੇ ਕੱਟੇ ਜਾਣੇ, ਇਹ ਹੋ ਜਾਣਾ, ਸਾਨੂੰ ਨਹੀਂ ਪਤਾ ਲੱਗਦਾ। ਪਹਿਲੀ ਗੱਲ ਤਾਂ ਇਹ ਕਿ ਤੁਸੀਂ ਆਪਦੀ ਕੋਈ ਗੱਡੀ ਖੜੀ ਕਰ ਦਿਓ ਵਾਈਟ, ਹਾਂਜੀ, ਵਿਹੜੇ ਦੇ ਵਿੱਚ, ਸਵੇਰੇ ਉੱਠ ਕੇ ਦੇਖੋ ਕਈ ਤਰ੍ਹਾਂ ਦੇ ਉੱਤੇ ਛਿੱਟੇ ਪਏ ਹੋਊਗੇ, ਪੀਲੇ ਵੀ ਹੋਊਗੇ, ਕਾਲੇ ਹੋਊਗੇ, ਲਾਲ ਵੀ ਹੋਊਗੇ, ਇਹ ਕੁਛ ਨਹੀਂ ਹੁੰਦਾ।
ਹਾਂਜੀ ਖੂਨ ਦੇ ਛਿੱਟੇ ਕੁਛ ਨਹੀਂ ਹੁੰਦੇ। ਅਸੀਂ ਲੋਕ ਕੀ ਕਰਦੇ ਬੰਦੇ ਨੂੰ ਪਾਗਲ ਬਣਾ ਕੇ ਜਾਂ ਵਹਿਮ 'ਚ ਪਾ ਕੇ ਪੈਸੇ ਬਣਾਉਣੇ ਆ। ਜਨਾਨੀਆਂ ਕੀ ਕਰਦੀਆਂ ਪੁੱਛਾਂ ਵਾਲਿਆਂ ਕੋਲ ਚਲੇ ਜਾਂਦੀਆਂ, ਉਹਨਾਂ ਨੇ ਕੋਈ ਨਾ ਕੋਈ ਆਂਢੀ ਗੁਆਂਢੀ ਜਾਂ ਨੂੰਹ ਸੱਸ ਦਾ ਨਾਮ ਲਾ ਦੇਣਾ ਵੀ ਤੇਰੇ 'ਤੇ ਉਹ ਕਰਦੀ ਪਈ ਆ, ਆਪਾਂ ਚੱਕਰ 'ਚ ਪੈ ਜਾਂਦੇ ਹਾਂ। ਚੱਕਰ ਕੀ ਹੈ ਕਿ ਹੁੰਦਾ ਸਭ ਕੁਛ, ਲੇਕਿਨ ਕੀ ਹੁੰਦਾ ਕਿ ਜਿਨ੍ਹਾਂ 'ਤੇ ਕੋਈ ਚੀਜ਼ ਦਾ ਸਾਇਆ ਆ ਜਾਂਦਾ, ਕੋਈ ਚੀਜ਼ ਲੰਘ ਜਾਂਦੇ ਆ, ਜਿਨ੍ਹਾਂ ਦੇ ਦਿਲ ਕਮਜ਼ੋਰ ਹੁੰਦੇ ਆ ਉਹਨਾਂ 'ਤੇ ਚੀਜ਼ ਅਟੈਕ ਕਰਦੀ ਹੈ। ਜ਼ਿਆਦਾ ਤੌਰ 'ਤੇ ਅਪਸੈਟ ਰਹਿੰਦੀ ਹੈ ਲੇਡੀਜ਼, ਜੈਂਟਸ ਹਰ ਇੱਕ ਬੰਦੇ ਨੂੰ ਮਿਲਦਾ, ਘੁੰਮਦਾ ਫਿਰਦਾ ਰਹਿੰਦਾ ਕਈ ਜਗ੍ਹਾ 'ਤੇ। ਆ ਬੰਦਾ ਜਾਂਦਾ ਉਹਨੇ ਬਾਥਰੂਮ ਕਰ ਲਿਆ ਕਿਸੇ ਜਗ੍ਹਾ 'ਤੇ ਖੜ੍ਹ ਕੇ, ਉਹਦੇ ਮਗਰ ਚੀਜ਼ ਨਹੀਂ ਚੱਲਦੀ ਆਉਂਦੀ। ਲੇਕਿਨ ਇਹ ਚੀਜ਼ਾਂ ਪਿੰਡਾਂ 'ਚ ਜ਼ਿਆਦਾ ਚੱਲਦੀਆਂ, ਦੇਖੋ ਦੇਖ ਚੱਲਦੀਆਂ। ਵਹਿਮ ਹੈ, ਵਹਿਮ ਦਾ ਕੋਈ ਇਲਾਜ ਨਹੀਂ। ਜਦੋਂ ਤੁਹਾਡੇ ਗ੍ਰਹਿ ਖਰਾਬ ਹੈ, ਤੁਹਾਡੇ 'ਤੇ ਚੰਗਾ, ਮੈਂ ਹੁਣ ਬੈਠਾ ਹਾਂ, ਮੇਰੇ 'ਤੇ ਦੁਨੀਆਂ ਦਾ ਜਿਹੜਾ ਮਰਜ਼ੀ ਬੰਦਾ ਜੇ ਕਰਕੇ ਦਿਖਾਵੇ, ਮੈਂ ਸੁਣੋ ਤਾਂ ਸਹੀ, ਮੈਂ ਤੁਹਾਨੂੰ ਛੋਟੀ ਗੱਲ ਕੱਢਦਾ, ਕਿਉਂਕਿ ਜਦੋਂ ਤੁਹਾਡੇ ਕੋਲ ਕੁਦਰਤੀ ਗਿਆਨ ਹੈ ਅਤੇ ਤੁਹਾਡੀ ਵਿਲ ਪਾਵਰ ਤੇਜ਼ ਆ, ਤੁਸੀਂ ਡਰੋ। ਹੁਣ ਕਈ ਬੱਚੇ ਹਨੇਰੇ ਦੇ ਵਿੱਚ ਬਾਹਰ ਨਹੀਂ ਨਿਕਲਦੇ ਅਤੇ ਕਈ ਬੱਚੇ ਹਨੇਰੇ 'ਚ ਜਿੱਥੇ ਮਰਜ਼ੀ ਲੈ ਜਾਓ, ਵਿਲ ਪਾਵਰ ਹੁੰਦੀ ਹੈ। ਦੂਜੇ ਨੰਬਰ 'ਤੇ ਇਹ ਹੈ ਕਿ ਘਰ ਦੇ ਵਿੱਚ ਜੇ ਆਪਾਂ ਗਾਂ ਦੇ ਦੁੱਧ ਦਾ ਛਿੱਟਾ ਦਿੰਦੇ ਹਾਂ, ਕੱਚੀ ਲੱਸੀ ਜਿਹਨੂੰ ਕਹਿੰਦੇ, ਜਾਂ ਗੋਬਰ ਜਲ, ਆਪਾਂ ਗਾਂ ਦਾ ਗੋਬਰ ਦਾ ਪਾਥੀ ਬਣੀ ਹੁੰਦੀ ਹੈ ਉਹਦੀ ਧੂਣੀ ਦਿੰਦੇ ਹਾਂ, ਕੋਈ ਚੀਜ਼ ਨਹੀਂ ਆਉਂਦੀ ਘਰੇ। ਠੀਕ ਹੈ ਜੀ, ਠੀਕ ਹੈ ਜੀ। ਦੂਸਰੇ ਨੰਬਰ 'ਤੇ ਘਰ ਦੇ ਵਿੱਚ ਅਗਰ ਤੁਸੀਂ ਵੱਡਿਆਂ ਨੂੰ ਮੰਨਦੇ ਹੋ ਤਾਂ ਵੀ ਨਹੀਂ ਚੀਜ਼ ਆਉਂਦੀ, ਅਗਰ ਘਰ ਤੁਹਾਡਾ ਸਹੀ ਬਣਿਆ ਤਾਂ ਵੀ ਨਹੀਂ। ਆਮ ਘਰਾਂ ਦੇ ਵਿੱਚ ਬੱਚੇ ਜਿਹੜੇ ਨਲਾਇਕ ਕਿਉਂ ਨਿਕਲਦੇ, ਅਸੀਂ ਜਿਹੜੇ ਰੰਗ ਕਰਦੇ ਹਾਂ ਨਾ, ਸਾਨੂੰ ਇਹ ਨਹੀਂ ਪਤਾ ਵੀ ਅਸੀਂ ਇਸ ਬੱਚੇ ਵਾਸਤੇ ਰੰਗ ਕਿਹੜਾ ਕਰੀਏ ਕਿਹੜਾ ਨਾ ਕਰੀਏ ਘਰ ਦੇ ਵਿੱਚ। ਅੱਗੇ ਦਰਵਾਜ਼ਿਆਂ 'ਚ ਕੋਈ ਚੀਜ਼ ਕਿਉਂ ਨਹੀਂ ਆਉਂਦੀ ਸੀ, ਸਾਡੇ ਸੰਗਲ ਲੱਗੇ ਹੁੰਦੇ ਸੀ, ਕੁੰਡੇ ਵਾਲੇ ਦਰਵਾਜ਼ੇ ਹੁੰਦੇ ਸੀ, ਲੋਕ ਵੱਡੇ ਲਾਉਂਦੇ ਸੀ। ਅੱਜ ਦੀ ਡੇਟ ਦੇ ਵਿੱਚ ਸਾਡੇ ਆ ਕੁੰਡੇ ਖਤਮ ਹੋ ਗਏ। ਹੁਣ ਅੱਜ ਅਸੀਂ ਕੀ ਕਰਦੇ ਹਾਂ, ਅਸੀਂ ਚਾਈਨਾ ਦੀਆਂ ਸਟਿੱਕਰ ਲਾਉਂਦੇ ਹਾਂ, ਚਾਈਨਾ ਬੈੱਲ ਲਾਉਂਦੇ ਹਾਂ, ਉਹ ਜਿਹੜੀ ਖੜਕਦੀ ਹੈ, ਕੋਈ 7 ਵਾਲੀ ਲਾਉਂਦੇ, ਕੋਈ 9 ਵਾਲੀ ਲਾਉਂਦੇ, ਵਾਸਤੂ ਦੇ ਹਿਸਾਬ ਨਾਲ ਲਾਉਂਦੇ ਹਾਂ। ਅੱਗੇ ਲੋੜ ਹੀ ਨਹੀਂ ਸੀ ਇਹਨਾਂ ਚੀਜ਼ਾਂ ਦੀ, ਚਿਮਟਾ ਖੜਕਦਾ ਸੀ ਜਦੋਂ ਆਪਾਂ ਚੁੱਲ੍ਹੇ 'ਚ ਬਾਲਦੇ ਸੀ, ਚਿਮਟੇ ਦੇ ਅੱਗੇ ਫਿਰ ਲੋਕ ਆਪਣਾ ਕੜਾ ਲੱਗਿਆ ਹੁੰਦਾ ਸੀ, ਖੜਕਦਾ ਸੀ। ਜਦੋਂ ਇਹਨੀ ਚੀਜ਼ ਦੀ ਵਾਈਬ੍ਰੇਸ਼ਨ ਹੁੰਦੀ, ਸਾਡਾ ਘਰ ਅੱਛਾ ਹੁੰਦਾ ਹੈ। ਗਾਂ ਦੇ ਗੋਹੇ ਦਾ ਅਸੀਂ ਲੇਪਣ ਲਾਉਂਦੇ ਹਾਂ, ਸਾਡਾ ਘਰ ਅੱਛਾ ਹੁੰਦਾ। ਅੱਜ ਘਰ ਦੇ ਵਿੱਚ ਕਿਤੇ ਲੇਪਣ ਹੈ ਨਹੀਂ, ਠੀਕ ਹੈ ਜੀ। ਹੁਣ ਘਰ ਦੇ ਵਿੱਚ ਕਿਸੇ ਲੇਡੀਜ਼ ਨੂੰ ਲੈ ਲਓ, ਉਹਦਾ ਕਮਰ ਦਰਦ ਹੁੰਦੀ ਹੈ, ਵਜ੍ਹਾ ਕੀ ਹੈ, ਬੋਕਸ ਵਾਲੇ ਬੈੱਡ, ਰਜਾਈਆਂ ਵੀ ਬੈੱਡ ਦੇ ਵਿੱਚ ਰੱਖ ਦਾਂਗੇ, ਸਮਾਨ ਕੀ ਰੱਖਣਾ ਉਹ ਨਹੀਂ ਸਾਨੂੰ ਪਤਾ। ਯਾਨੀ ਕਿ ਇਸ ਤਰ੍ਹਾਂ ਦੀਆਂ ਸਾਡੇ ਕੋਲ ਕਈ ਕੈਟਾਗਰੀ ਚੀਜ਼ਾਂ। ਬੈੱਡ ਵਾਲੀ ਗੱਲ ਆ ਗਈ, ਜਿੱਦਾਂ ਆਪਣੇ ਘਰਾਂ 'ਚ ਬੋਕਸ ਵਾਲੇ ਬੈੱਡ ਆ ਜੀ, ਆਪਾਂ ਨੂੰ ਉਹਦੇ ਵਿੱਚ ਕਿਹੜਾ ਸਮਾਨ ਰੱਖਣਾ ਚਾਹੀਦਾ, ਕਿਹੜਾ ਨਹੀਂ ਰੱਖਣਾ ਚਾਹੀਦਾ? ਬੋਕਸ ਵਾਲੇ ਬੈੱਡ ਦੇ ਵਿੱਚ ਪਹਿਲੇ ਨੰਬਰ 'ਤੇ ਤਾਂ ਹੈ ਕਿ ਜਦੋਂ ਤੁਸੀਂ ਸੋਨੇ ਹੋ ਤੁਹਾਨੂੰ ਇਹ 'ਚ ਸ਼ਾਂਤੀ ਹੋਣੀ ਚਾਹੀਦੀ। ਇਹਦੇ ਚਾਰੋਂ ਪਾਸੇ ਤੁਸੀਂ 8 ਬੈੱਡ ਦੀਆਂ 8 ਲੱਤਾਂ ਹੁੰਦੀਆਂ, ਇੱਕ ਬੈੱਡ ਦੀਆਂ 4, ਦੋ ਦੀਆਂ 8। ਹਾਂਜੀ, ਇਹਨਾਂ ਦੇ ਕੋਲ ਇਹਦੇ ਨਾਲ ਫਿਕਸ ਨਾ ਕਰੋ, ਚਾਹੇ ਟਾਈਲ ਦਾ ਪੀਸ ਹੋਵੇ, ਚਾਹੇ ਲੱਕੜ ਦਾ ਪੀਸ ਹੋਵੇ, ਚੋਰਸ। ਹਾਂਜੀ, ਚੋਰਸ ਜਿਹੜੀ ਚੀਜ਼ ਬਣ ਗਈ ਉਹ ਰਾਹੂ ਦਾ ਚਿੰਨ੍ਹ ਹੁੰਦਾ। ਠੀਕ ਹੈ ਜੀ, ਜਦੋਂ ਅਸੀਂ ਇਹ ਚੀਜ਼ਾਂ ਲਾ ਲਾਂਗੇ ਸਾਡੀਆਂ ਅੱਧੀਆਂ ਟੈਨਸ਼ਨਾਂ ਦੂਰ ਹੋ ਜਾਊਗੀਆਂ। ਹਾਂਜੀ, ਫਿਰ ਜਦੋਂ ਬੱਚਾ ਪੈਦਾ ਹੁੰਦਾ, ਅੱਜ ਦੀ ਡੇਟ 'ਚ ਤੁਸੀਂ ਜਿਹਨੂੰ ਮਰਜ਼ੀ ਦੇਖ ਲਓ, ਬੱਚਾ ਪੈਦਾ ਹੁੰਦਾ ਬੰਦੇ ਜਾਨ ਨਿਕਲ ਜਾਂਦੀ ਹੈ। ਪਹਿਲੇ ਜਨਾਨੀਆਂ ਕੀ ਕਰਦੀਆਂ ਸੀ, ਸਭ ਤੋਂ ਪਹਿਲੇ ਨੰਬਰ 'ਤੇ ਜਦੋਂ ਬੱਚਾ ਕਿਸੇ ਦੇ ਹੋਣ ਵਾਲਾ ਹੋਵੇ, ਉਸ ਬੰਦੇ ਨੂੰ ਹੋਸਪਿਟਲ ਤੋਂ 5-7-10 ਕਿਲੋਮੀਟਰ ਦੂਰ ਰਹਿਣਾ ਚਾਹੀਦਾ ਹੈ। ਜਨਾਨੀ ਦੇ ਨੇੜੇ ਹਸਬੈਂਡ ਨੂੰ ਨਹੀਂ ਰਹਿਣਾ ਚਾਹੀਦਾ। ਇੱਕ ਜਨਾਨੀ ਆਪਦੇ ਹੱਥ ਦੇ ਨਾਲ ਕੋਈ ਤਾਲਾ ਲਾ ਕੇ ਨਾ ਘਰੇ ਜਾਵੇ। ਇੱਕ ਜਦੋਂ ਘਰੇ ਜਾਵੇ, ਇੱਕ ਸੁੱਖਣਾ ਸੁੱਕੇ ਵੱਡੇ ਨਾਮ ਦੇ ਪੈਸੇ ਚੱਕ ਕੇ ਰੱਖ ਦਿਓ ਕਿ ਬੱਚਾ ਸਾਡਾ ਸਹੀ ਸਲਾਮਤ ਹੋਵੇ। ਅਸੀਂ ਡਰ ਜਾਂਦੇ ਹਾਂ। ਠੀਕ, ਹੋਰ ਤੁਸੀਂ ਮੇਰੇ ਨਾਲ ਕੋਈ ਕੁਐਸਚਨ ਪੁੱਛੋ, ਮੈਂ ਤੁਹਾਨੂੰ ਉਹਦਾ ਜਵਾਬ ਦਊਂਗਾ। ਫਿਰ ਬੱਚੇ ਨੂੰ ਗੁੜਤੀ ਚੰਗੇ ਬੰਦੇ ਦੇ ਦਵਾਓ। ਜਿੱਦਾਂ ਕਹਿੰਦੇ ਵੀ ਲੋ ਵੀ ਫਲਾਣੇ ਨੇ ਨਾ ਸਿਆਣਾ ਸੱਦ ਕੇ ਘਰੇ ਕੰਮ ਬੰਦਤਾ, ਫਲਾਣਾ ਕੰਮ ਇੱਦਾਂ ਕਰਤਾ, ਮੇਰੇ ਤਾਂ ਮੁੰਡੇ ਦੀ ਪੈਰ ਦੀ ਮਿੱਟੀ ਚੱਕ ਲਈ, ਮੇਰੀ ਤਾਂ ਕੁੜੀ ਪੁੱਠੇ ਪਾਸੇ ਲਾ ਦਿੱਤੀ, ਮੇਰੀ ਕੁੜੀ ਦੇ ਵਾਲ ਕੱਟ ਲਏ, ਉਹਦਾ ਦੱਸੋ ਕੀ ਹਾਲ ਹੁੰਦਾ? ਹੁਣ ਮੈਂ ਤੁਹਾਨੂੰ ਦੱਸਦਾ ਜੀ, ਜਦੋਂ ਸਾਡੇ ਮਨ ਦੇ ਵਿੱਚ ਕਿਸੇ ਚੀਜ਼ ਦੀ ਸ਼ੰਕਤਾ ਪੈਦਾ ਹੋ ਗਈ, ਹੁਣ ਮੇਰੇ ਕੋਲ ਤੁਸੀਂ ਆਏ ਹੋ, ਮੈਂ ਕੁਛ ਵੀ ਨਹੀਂ ਕਰਦਾ, ਤੁਸੀਂ ਬੜੇ ਪਰੇਸ਼ਾਨ ਹੋ, ਮੈਂ ਕਹਿੰਦਾ ਜਾ ਯਾਰ, ਤੇਰਾ 4-5 ਦਿਨਾਂ 'ਚ ਕੰਮ ਬੜਾ ਵਧੀਆ ਹੋ ਜਾਊਗਾ,
ਹੁਣ ਮੈਂ ਕਿਹਾ ਆ ਮੈਂ ਕੀਤਾ ਹਾਲੇ ਕੁਛ ਨਹੀਂ, ਲੇਕਿਨ ਤੁਹਾਡਾ ਮੇਰੇ 'ਤੇ ਕਿਸੇ ਬੰਦੇ ਨੇ ਕਿਹਾ ਵਰਮਾ ਜੀ ਕੋਲ ਜਾਓ 100% ਸਾਡੇ ਆਹ ਕੰਮ ਹੋਇਆ, ਤੁਹਾਡੇ ਮਨ 'ਚ ਇੱਕ ਚੀਜ਼ ਬਹਿ ਗਈ, ਮੈਂ ਤੁਹਾਨੂੰ ਦੱਸਤਾ ਤੁਸੀਂ ਠੀਕ ਹੋ ਗਏ, ਹਾਲੇ ਤੁਸੀਂ ਅਪਾਏ ਨਹੀਂ ਕੀਤੇ। ਇੱਦਾਂ ਹੀ ਜਦੋਂ ਕਿਸੇ ਦੇ ਘਰ ਦੇ ਤੁਸੀਂ ਕਿਸੇ ਦੇ ਘਰ ਦੇ ਕੋਲ ਜਾ ਕੇ ਕਾਲੇ ਮਾਂ ਸਿੱਟ ਦਿਉ, ਕੋਈ ਰੋਟੀ ਰੱਖ ਦਿਉ, ਕੋਈ ਦੀਵਾ ਜਗਾ ਦਿਉ, ਉਹ ਬੰਦੇ ਹੁਣ ਸਾਰੇ ਸਿਆਣੇ ਕੋਲ ਭੱਜੂਗੇ, ਸਿਆਣੇ ਸਮਝਦਾਰ ਤਾਂ ਹੈ ਨਹੀਂ, ਉਹਨੇ ਕਹਿਣਾ ਹਾਂਜੀ ਕੀਤਾ ਹੋਇਆ। ਅੱਛਾ ਇੱਕ ਤਾਂ ਤੁਹਾਨੂੰ ਤਸੱਲੀ ਹੋਣੀ ਪਹਿਲੇ ਉਹਨੂੰ, ਨਾਲੇ ਤਾਂ ਤੁਸੀਂ ਆਪਦਾ ਟਾਈਮ ਤੋੜੀ ਜਾਂਦੇ, ਨਾਲੇ ਕੰਮ ਛੱਡਤਾ, ਨਾਲੇ ਸਿਆਣੇ ਕੋਲ ਭੱਜਣ ਲੱਗੇ, ਸਾਰਿਆਂ ਨੇ ਤੁਹਾਨੂੰ ਵਹਿਮ 'ਚ ਪਾ ਦੇਣਾ। ਹਾਂਜੀ, ਲੇਕਿਨ ਹੁੰਦਾ ਕੀ ਹੈ ਕਈ ਵਾਰੀ ਜਿਹੜੇ ਬਜ਼ੁਰਗ ਹੁੰਦੇ ਆ ਉਹ ਕਹਿੰਦੇ ਕੁਛ ਨਹੀਂ ਕਰਨਾ, ਫਟਕੜੀ ਵਾਰ, 3 ਮਿਰਚਾਂ ਡੰਡੀਆਂ ਵਾਲੀਆਂ ਵਾਰ ਲਾਲ, ਨਮਕ ਵਾਰ ਕੇ ਪਾਣੀ ਥੱਲੇ ਛੱਡ ਦੇ, ਬੰਦਾ ਠੀਕ ਹੋ ਜਾਂਦਾ। ਜਦੋਂ ਆਪਣੇ ਮਨ 'ਤੇ, ਮੈਂ ਇੱਕੋ ਗੱਲ ਕਹੀਏ, ਮਨ 'ਤੇ ਕੰਟਰੋਲ, ਹਾਂ ਜਦੋਂ ਤੁਹਾਡੇ ਗ੍ਰਹਿ ਖਰਾਬ ਹੈ ਉਦੋਂ ਤੁਸੀਂ ਅਪ, ਤੁਹਾਡੀ ਐਟੋਮੈਟਿਕ ਸਥਿਤੀ ਬਣ ਜੂਗੀ ਮਾੜੀ ਅਤੇ ਤੁਹਾਡੇ ਕੰਮ ਮਾੜੇ ਹੋ ਜੂਗੇ ਅਤੇ ਮਾੜੇ ਪਾਸੇ ਤੁਸੀਂ ਤੁਰ ਪੋਗੇ। ਲੇਕਿਨ ਅੱਜ ਦੀ ਡੇਟ ਦੇ ਵਿੱਚ ਜੋਤਿਸ਼ ਦੇ ਵਿੱਚ ਬਹੁਤ ਕੁਛ ਐਸਾ ਆ ਗਿਆ ਜੇ ਤੁਸੀਂ ਸਹੀ ਢੰਗ ਨਾਲ, ਪਰ ਇਹ ਨਹੀਂ ਕਿ ਮੈਨੂੰ ਹਸਤ ਰੇਖਾ ਆਉਂਦੀ ਹੈ, ਮੈਨੂੰ ਵਾਸਤੂ ਆਉਂਦਾ ਹੈ, ਮੈਨੂੰ ਹਸਤ ਰੇਖਾ, ਵਾਸਤੂ, ਨਮਲੋਲਜੀ, ਭ੍ਰਗੂ ਜੋਤਿਸ਼, ਕੀਤੇ ਕਦਾਈ ਦਾ ਚੱਕਰ, ਸਾਰਾ ਕੁਛ ਪਤਾ ਹੋਣਾ ਚਾਹੀਦਾ ਵੀ ਇਹਦਾ ਕੀ ਹੱਲ ਹੈ, ਕਿੱਦਾਂ ਕਰਨਾ ਹੈ, ਕਰਦੇ ਹਾਂ। ਇੱਕ ਪੰਨ ਸੀ ਮੇਰੇ ਨਾਲ ਉਹੀ ਦਿਮਾਗ 'ਚ ਗੱਲ ਦੀ ਚੱਲਦੀ ਸੀਗੀ, ਸਾਡੇ ਪਿੰਡਾਂ 'ਚ ਉਹੀ ਬੁੜੀਆਂ ਕਹਿ ਦਿੰਦੀਆਂ ਜਾਂ ਸਾਰੇ ਕਹਿ ਦਿੰਦੇ ਆ, ਭਾਈ ਆਹ ਮੁੰਡੇ ਦਾ ਕੰਮ ਬੰਦਤਾ ਜਾਂ ਕਿਸੇ ਨੇ ਤਾਂ ਤੁਹਾਡੇ 'ਤੇ ਟੂਣਾ ਕਰਤਾ। ਮੰਨ ਲਓ ਜੇ ਟੂਣਾ ਸੱਚੀ ਉਹ ਹੈਗਾ ਆ, ਹੈ ਨਾ, ਮੰਨ ਲਓ ਕਹਿੰਦੇ ਨੇ ਭਾਈ ਟੂਣਾ ਹੀ ਟੱਪ ਲਿਆ, ਇਹ ਚੀਜ਼ ਦਾ ਕੋਈ ਵੈਲਿਡਿਟੀ ਤਾਂ ਹੋਊਗੀ, ਕਿਸੇ ਨੇ ਮੰਨ ਲਓ ਕੁਛ ਕਰਤਾ, ਕਿਸੇ ਵੇਲੇ ਤਾਂ ਮੁੱਕੂ ਕਿ ਨਹੀਂ, ਕਿ ਸਾਰੀ ਉਮਰ ਹੁਣ ਜਿਹੜਾ ਮੈਂ ਦੱਸਦਾ, ਤੁਸੀਂ ਕਈ ਵਾਰੀ ਗੱਡੀ ਲੈ ਕੇ ਜਾ ਰਹੇ ਹੋ, ਹਾਂਜੀ, ਜਾਂਦੇ ਜਾਂਦੇ ਗੱਡੀ ਤੁਸੀਂ ਕੋਈ ਅੱਗੇ ਨਹੀਂ ਹੁੰਦਾ, ਕੋਈ ਪਿੱਛੇ ਨੂੰ ਤੁਹਾਡੇ ਤੋਂ ਬ੍ਰੇਕ ਵੱਜ ਜਾਂਦੀ ਜਾਂ ਯਕਦਮ ਗੱਡੀ ਤੁਹਾਡੇ ਤੋਂ ਕੱਚੇ ਉੱਤਰ ਜਾਂਦੀ ਹੈ, ਪਤਾ ਨਹੀਂ ਲੱਗਦਾ, ਪਤਾ ਨਹੀਂ ਲੱਗਦਾ, ਤੁਸੀਂ ਵੱਜ ਜਾਂਦੇ ਹੋ। ਕੀ ਹੁੰਦਾ, ਗਰਮੀਆਂ ਦੇ ਵਿੱਚ ਜ਼ਿਆਦਾ ਐਕਸੀਡੈਂਟ ਹੁੰਦੇ, ਸਰਦੀਆਂ 'ਚ ਘੱਟ ਹੁੰਦੇ ਆ, ਕਦੇ ਨੌਲੇਜ ਦੇਖਿਓ, ਗਰਮੀਆਂ ਦੇ ਵਿੱਚ ਤੁਸੀਂ ਦੇਖੋ ਯੋਗਣੀਆਂ ਫਿਰਦੀਆਂ ਹੁੰਦੀਆਂ, ਹਵਾ ਫਿਰਦੀ ਹੁੰਦੀ ਹੈ, ਜਦੋਂ ਹਵਾ 'ਚ ਤੁਸੀਂ ਕਰੋਸਿੰਗ ਹੋਊਗੀ ਤੁਹਾਨੂੰ ਹੋਊਗਾ। ਹੁਣ ਰਹਿ ਗਈ ਗੱਲ, ਕਈ ਵਾਰੀ ਕਿਸੇ ਦਾ ਆਪਾਂ ਕਹਿੰਦੇ ਟੂਣਾ ਕਰ ਦਿਓ, ਹਾਂਜੀ, ਸੜਕ ਦੇ ਵਿੱਚ ਜਾ ਕੇ ਫਲਾਨਾ ਸਮਾਨ ਰੱਖਿਓ, ਦੇਖੋ ਟੂਣੇ ਕਰਨ ਦਾ ਇੱਕ ਤਰੀਕਾ ਹੁੰਦਾ, ਟੂਣਾ ਨਹੀਂ ਕਰਾਈਦਾ, ਪਰ ਅਸੀਂ ਗ੍ਰਹਿ ਦੀ ਸ਼ਾਂਤੀ ਕਰਾਈ ਦੀ ਹੈ। ਹਾਂਜੀ, ਤੁਹਾਨੂੰ ਦੱਸਦਾ, ਅਸੀਂ ਕਹਿਤਾ ਵੀ ਆਹ ਝਾੜੂ ਲੈ ਜਾਓ, ਇਹਨੂੰ ਤੀਲੇ ਖਿਲਾਰ ਦਿਓ ਜਾ ਕੇ ਚੌਂਕ ਦੇ ਵਿੱਚ, ਹਾਂਜੀ, ਠੀਕ ਹੈ ਜੀ। ਪਰ ਜਿਹੜੇ ਬੰਦੇ ਉਹਨਾਂ 'ਚੋਂ ਜਿਹੜੇ ਬੰਦੇ ਨੇ ਤਾਂ ਦੇਖ ਲਿਆ, ਹਾਂਜੀ, ਉਹਦੇ ਦਿਲ 'ਚ ਵਹਿਮ ਪੈ ਗਿਆ, ਉਹਦਾ ਕੰਮ ਬੰਦਾ ਵਿਗੜਨਾ ਸ਼ੁਰੂ ਹੋਣਾ, ਕਿਉਂਕਿ ਉਹਦੇ ਵਹਿਮ ਪੈ ਗਿਆ ਮਨ 'ਚ ਟੂਣਾ ਆ। ਹਾਂ, ਜੇ ਝਾੜੂ ਤੁਸੀਂ ਸਭ ਤੋਂ ਪਹਿਲੇ ਨੰਬਰ 'ਤੇ ਝਾੜੂ ਜੇ ਆਪਾਂ ਕਿਤੇ ਦਾਨ ਰੱਖਣਾ ਚੌਂਕ 'ਚ, ਉਹਦੇ ਵੀ ਹੈਗਾ, ਆਪਾਂ ਘਰ ਦੇ ਬਾਹਰ ਝਾੜੂ ਮਾਰਨਾ ਸ਼ੁਰੂ ਕਰ ਦਈਏ, ਹਾਂਜੀ, ਨਾਲੇ ਤਾਂ ਸਾਡਾ ਸ਼ਨੀ ਠੀਕ, ਨਾਲੇ ਸਾਡਾ ਰਾਹੂ ਠੀਕ, ਹਾਂਜੀ, ਠੀਕ ਹੈ ਜੀ। ਜੇ ਉਹਨੂੰ ਆਪਾਂ ਧਾਰਮਿਕ ਸਥਾਨ 'ਤੇ ਚੜ੍ਹਾਵਾਂਗੇ ਉੱਥੇ ਵੀ ਵਰਤੋਗੇ, ਠੀਕ ਹੈ ਜੀ। ਅਸੀਂ ਜਦੋਂ ਕੋਈ ਅਪਾਈ ਕਰਾਉਂਦੇ ਹਾਂ ਜਾਂ ਤਾਂ ਪਾਣੀ ਵਿੱਚ ਜਾਂ ਕਿਸੇ ਨੂੰ ਕੋਈ ਖਾਣ ਪੀਣ ਵਾਲੀ ਚੀਜ਼ ਦਿੰਦੇ ਹਾਂ, ਉਹਦੇ ਨਾਲ ਗ੍ਰਹਿ ਸ਼ਾਂਤ ਹੁੰਦੇ। ਪਰ ਇਹ ਵੀ ਦੇਖੋ, ਇਹਨੂੰ ਗ੍ਰਹਿ ਅਪਾਈ ਕਰਾਉਣਾ ਕਿਹੜਾ ਹੈ, ਕੋਈ ਅੱਜ ਦੀ ਡੇਟ ਦੇ ਵਿੱਚ ਇੰਨੇ ਸੌਖੇ ਉਪਾਏ ਹੈ, ਤਰੀਕੇ ਹੈ ਵੀ ਬੰਦੇ ਨੂੰ ਦੱਸੋ ਤੁਸੀਂ ਉਹਨੂੰ ਕਲਰ ਥਰੈਪੀ ਕਰਾ ਦਿਓ। ਹਾਂਜੀ, ਅਸੀਂ ਕੀ ਕਰਦੇ ਹਾਂ, ਤੁਹਾਡਾ ਮਾਇੰਡ ਸੈੱਟ ਨਹੀਂ ਹੈਗਾ, ਤੁਸੀਂ ਡਿਪਰੈਸ਼ਨ 'ਚੋਂ, ਮੈਂ ਤੁਸੀਂ ਡਿਪਰੈਸ਼ਨ, ਮੈਂ ਤੁਹਾਨੂੰ ਉਪਾਏ ਕਰਾਉਣ ਲੱਗ ਜਾਊਂਗਾ, ਤੁਸੀਂ ਉਪਾਏ ਕਰਕੇ ਸੈੱਟ ਹੋ ਹੀ ਨਹੀਂ ਸਕਦੇ, ਕਿਉਂਕਿ ਡਿਪਰੈਸ਼ਨ 'ਚੋਂ ਪਹਿਲੇ ਮੈਂ ਕੱਢਾਂ, ਜਿਹੜੀ ਬਿਮਾਰੀ ਹੈ ਪਹਿਲੇ ਉਹ ਦੂਰ ਕਰਕੇ ਫਿਰ ਹੀ ਮੈਂ ਗ੍ਰਹਿਵਾਂ ਦਾ ਕਰਾਂ। ਅਸੀਂ ਕੀ ਕਰਦੇ ਹਾਂ, ਆਇਲ ਤਿਆਰ ਕਰਦੇ ਹਾਂ, ਆਇਲ ਆ ਇਹ ਤੇਲ, ਠੀਕ ਹੈ ਜੀ। ਫਿਰ ਅਸੀਂ ਪਰਫਿਊਮ ਤਿਆਰ ਕਰਦੇ ਹਾਂ, ਸਰ ਤੁਹਾਡੇ ਕੋਲ ਪਰਫਿਊਮ ਬਾਲੇ ਨੇ, ਮੇਰੇ ਕੋਲ ਦੇਖੋ ਤੁਸੀਂ ਆ ਸਾਰੇ ਪਰਫਿਊਮ ਪਏ ਆ, ਹਾਂਜੀ, ਠੀਕ ਹੈ ਜੀ। ਇਹ ਪਰਫਿਊਮ ਤੁਹਾਨੂੰ ਮੈਂ ਦਿਖਾਉਂਦਾ, ਇਹ ਅਸੀਂ ਇੱਕ ਚੀਜ਼ ਹੁੰਦੀ ਹੈ ਕਿ ਬਾਜ਼ਾਰੋਂ ਚੀਜ਼ ਲਿਆਣੀ, ਹਾਂਜੀ, ਤੇ ਬਾਜ਼ਾਰ 'ਚ ਵੇਚਤੀ, ਮੇਰੇ ਕੋਲੇ ਕੋਈ ਚੀਜ਼, ਇੱਕ ਦੱਸਿਓ ਮੈਨੂੰ, ਪਰਫਿਊਮਾਂ ਦਾ ਵੀ ਆਪਾਂ ਕਰਕੇ ਬੰਦ ਕਰ ਦਿੰਦੇ ਆ ਵੀ ਪਾ ਕਰਕੇ, ਬਿਲਕੁਲ ਬਿਲਕੁਲ, ਬਾਡੀ ਦੇ ਉੱਪਰ ਤੁਹਾਨੂੰ ਕਿਹੜਾ ਪਰਫਿਊਮ ਚਾਹੀਦਾ, ਤੁਹਾਨੂੰ ਕੀ ਹੈ, ਠੀਕ ਹੈ ਜੀ। ਬੰਦਾ ਦਾਰੂ ਪੀਂਦਾ, ਨਸ਼ਾ ਕਰਦਾ, ਪਰਫਿਊਮ ਲਾਉਣਾ, ਬੰਦਾ ਠੀਕ ਹੋ ਜਾਂਦਾ, ਹੁਣ ਬੰਦੇ ਨੂੰ ਆਪਾਂ ਖਵਾ ਨਹੀਂ ਸਕਦੇ, ਹਾਂ ਬਿਲਕੁਲ, ਘਰ ਦੇ ਵਿੱਚ ਤੁਸੀਂ ਕੁਛ ਨਹੀਂ ਸਪਰੇਅ ਕਰਨੀ ਸ਼ੁਰੂ ਕਰ ਦਿਓ ਤਾਂ ਵੀ ਠੀਕ ਹੋ ਜਾਓਗੇ,
ਠੀਕ ਹੈ ਜੀ, ਹਰ ਚੀਜ਼ ਅਸੀਂ ਆਪਦੀ ਤਿਆਰ ਕਰਦੇ ਹਾਂ। ਆਹ ਗੱਲ ਆਈ ਕਿ ਮੰਨ ਲਓ ਕੋਈ ਕਿਸੇ ਦੇ ਹਸਬੈਂਡ ਦਾਰੂ ਪੀ ਰਿਹਾ, ਸ਼ਰਾਬ ਪੀਂਦਾ, ਜਾਂ ਕਿਸੇ ਦਾ ਬੱਚਾ ਸ਼ਰਾਬ ਪੀਂਦਾ, ਜਾਂ ਕੋਈ ਨਸ਼ਾ ਕਰਦਾ, ਉਹਦੇ ਲਈ ਕੋਈ ਹੈ ਆਪਣੇ ਕੋਲ ਪੱਕਾ ਅਤੇ ਸੋਲਿਡ ਉਪਾਅ? ਸਭ ਤੋਂ ਪਹਿਲੇ ਨੰਬਰ 'ਤੇ ਜਦੋਂ ਤੁਹਾਡਾ ਬੱਚਾ ਵਿਗੜਨ ਲੱਗਿਆ, ਤੁਸੀਂ ਉਸ ਤੋਂ ਪਹਿਲੇ ਤਾਂ ਤੁਸੀਂ ਰੋਲਾ ਪਹਿਲੇ ਪੁਰਾਣੇ ਜ਼ਮਾਨੇ 'ਚ ਲੋਕ ਜੇ ਢਿੱਡ ਦੁਖਦਾ ਸੀ ਨਾ, ਰੋਲਾ ਪਾਉਂਦੇ ਸੀ, ਕੋਈ ਨਾ ਕੋਈ ਕਹਿੰਦਾ ਸੀ ਐਂ ਕਰ ਲਿਆ ਅਤੇ ਠੀਕ ਹੋ ਜੂ ਅਤੇ ਜਲਦੀ ਠੀਕ ਹੋ ਜਾਂਦਾ। ਹੁਣ ਜਦੋਂ ਸਾਡਾ ਬੱਚਾ ਐਂਡ ਤੱਕ ਵਿਗੜ ਜਾਂਦਾ, ਉਦੋਂ ਅਸੀਂ ਰੋਲਾ ਨਹੀਂ ਪਾਉਂਦੇ, ਮੁਹੱਲੇ ਵਾਲੇ ਦੱਸਦੇ ਵੀ ਬੰਦਾ ਵਿਗੜ ਗਿਆ। ਹਾਂਜੀ, ਜਦੋਂ ਤੁਹਾਡਾ ਬੱਚਾ ਵਿਗੜਨ ਲੱਗਿਆ, ਪਹਿਲੇ ਤਾਂ ਟੇਵਾ ਦਿਖਾਓ, ਉਹਦੇ ਜਿਹੜੇ ਗ੍ਰਹਿ ਖਰਾਬ ਹੈ ਹਾਂਜੀ ਉਹਨਾਂ ਗ੍ਰਹਿਵਾਂ ਦਾ ਉਪਾਅ ਕਰੋ। ਜਦੋਂ ਸਾਡੇ ਗ੍ਰਹਿ ਵੀਕ ਆ, ਅਸੀਂ ਮਾੜੇ ਪਾਸੇ ਲੱਗ ਜਾਂਦੇ ਹਾਂ। ਸਿੱਧੀ ਜੀ ਪੰਜਾਬੀ ਦੀ ਗੱਲ, ਹੁਣ ਤੁਸੀਂ ਆਉਂਦੇ ਹੋ ਮੇਰੇ ਕੋਲ, ਕਿੰਨੇ ਕੰਮ ਮੈਂ ਸੋਲਵ ਕੀਤੇ ਆ, ਹੁਣ ਵੀ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਆਹ ਕਰ ਦਿਓ, ਲੇਕਿਨ ਕੰਮ ਚਲੋ ਹੋਰ ਵੀ ਛੱਡੋ, ਮੈਂ ਅੱਜ ਤੱਕ ਤੁਹਾਡੇ ਤੋਂ ਕਦੇ ਪੈਸੇ ਨਹੀਂ ਮੰਗੇ, ਮੈਨੂੰ ਇੰਨੇ ਪੈਸੇ ਦੇ ਦਿਓ, ਤੁਸੀਂ ਮੈਨੂੰ ਜਦੋਂ ਵੀ ਆਉਂਦੇ ਹੋ, ਮੈਂ ਕਦੇ ਅੱਜ ਤੱਕ ਨਹੀਂ ਮੰਗੇ, ਆਪੇ ਰੱਖ ਕੇ ਮੈਨੂੰ ਨਹੀਂ ਕੋਈ ਨਹੀਂ ਨਹੀਂ ਤਾਂ ਦੇਖੋ ਪਤਾ ਕੀ ਹੁੰਦਾ, ਹਰ ਬੰਦੇ ਨਾਲ ਪਿਆਰ ਨਹੀਂ ਹੁੰਦਾ, ਹਰ ਬੰਦੇ ਨਾਲ ਦੁਕਾਨਦਾਰੀ ਹੁੰਦੀ। ਇੱਕ ਗੱਲ ਕਹੂੰਗਾ, ਇੱਕ ਵਾਰੀ ਪੰਡਿਤ ਜੀ ਨੂੰ ਫੋਨ ਕਰੋ, ਆਉਣਾ ਜਾਂ ਨਾ ਆਉਣਾ ਉਹ ਤੁਹਾਡੇ 'ਤੇ ਡਿਪੈਂਡ ਆ, ਤੁਹਾਡਾ ਮਨ ਕਰੂਗਾ ਆਓ, ਤੁਹਾਡਾ ਮਨ ਕਰੂਗਾ ਨਾ ਆਓ, ਬਟ ਮੈਂ ਕਹੂੰਗਾ ਓਕੇ ਰਿਪੋਰਟਾਂ ਇੱਕ ਵਾਰੀ ਫੋਨ ਕਰੂੰਗਾ, ਤੁਸੀਂ ਖੁਸ਼ ਹੋ ਜਾਓ, ਤੁਹਾਡਾ ਯਕੀਨ ਬਣ ਜੂ, ਡੀਲ ਡਨ ਹੋ ਜਾਣਾ। ਅਤੇ ਪੰਡਿਤ ਜੀ ਵੀਡੀਓ ਮੁਕਾਉਣ ਤੋਂ ਪਹਿਲਾਂ ਨਾ ਜੀ ਕੋਈ ਇੱਦਾਂ ਦੀ ਗੱਲ ਦੱਸੋ ਤੁਸੀਂ ਕਿ ਮੈਂ ਬਾਅਦ 'ਚੋਂ ਕਹਾਂਗਾ ਕਿ ਆਹ ਸਿਰਾ ਹੋ ਗਿਆ। ਤੁਸੀਂ ਬਜ਼ੁਰਗਾਂ ਦੇ ਪੈਰੀ ਹੱਥ ਲਾਉਣੇ ਆ, ਹਾਂਜੀ ਨਹਾਉਣਾ, ਜ਼ਿਆਦਾ ਪਰਫਿਊਮ ਪਾਊਡਰ ਲਗਾਉਣਾ, ਹਾਂਜੀ ਚੱਪਲ ਪਾ ਕੇ ਤੁਸੀਂ ਕੋਈ ਕੰਮ ਨਹੀਂ ਕਰਨਾ, ਘਰ ਦੇ ਵਿੱਚ ਹੀ ਚੱਪਲ ਪਾਉਣੀ ਹੈ, ਹਾਂਜੀ ਠੀਕ ਹੈ ਜੀ। ਅਤੇ ਸੋਨੇ 'ਤੇ ਸੁਹਾਗਾ, ਅਤੇ ਇੱਕ ਸੋਨਾ ਕਦੇ ਵੇਚਣਾ ਨਹੀਂ, ਜਦੋਂ ਵੀ ਲੈ ਲੈਣਾ ਗਹਿਣੇ ਰੱਖਣਾ। ਆਹ ਚਾਰ ਚੀਜ਼ਾਂ ਮੈਂ ਤੁਹਾਨੂੰ ਅੱਜ ਦੱਸਣ ਲੱਗਿਆ, ਅਤੇ ਇੱਕ ਮਹੀਨੇ 'ਚ ਇਹਦਾ ਰਿਜ਼ਲਟ ਦੇਖ ਲਿਓ ਕੀ ਹੁੰਦਾ, ਅਤੇ ਨਹੀਂ ਤਾਂ ਤੁਸੀਂ ਮੇਰੀ ਯੂਟਿਊਬ 'ਤੇ ਖਬਰ ਲਾ ਦਿਓ ਗਲਤ ਹੋ ਜੀ। 22/7/92 ਵੱਧ ਪੈਰ 2-3 ਆਹ ਮੇਰੇ ਕੋਲ ਤਕਰੀਬਨ 24 ਸਾਲ ਹੋ ਗਏ ਚੱਲਦੇ ਨੂੰ, ਇੱਕੋ ਹੀ ਬੈਟਰੀ, ਇੱਕੋ ਹੀ ਮੋਬਾਈਲ, ਮੋਬਾਈਲ ਆ ਜੀ, ਮੋਬਾਈਲ ਹੈ ਸੈਂਟਰੋ ਕੰਪਨੀ ਦਾ। ਅੱਛਾ ਜੀ, ਠੀਕ ਹੈ ਜੀ। ਔਰ ਇਹ ਮੇਰੀ ਯਾਨੀ ਕਿ ਮੈਂ ਇਹਨੂੰ ਇੱਕ ਵਾਰੀ ਦੇਖ ਲਾਂ ਅਤੇ ਮੇਰੇ ਦਿਮਾਗ 'ਚ ਕੰਪਿਊਟਰ ਬਣਿਆ ਹੋਇਆ, ਮੈਂ ਉਦੋਂ ਹੀ ਬੰਦੇ ਨੂੰ ਜੋ ਬੋਲਤਾ ਬੋਲਤਾ। ਕਿਸੇ ਮੇਰੇ ਐਪੀਸੋਡ 'ਚ ਦੇਖ ਲਓ, ਕੋਈ ਮੇਰੀ ਪੁਰਾਣੀ ਵੀਡੀਓ ਕੱਢ ਲਓ ਜਿੰਨੀ ਮਰਜ਼ੀ ਪੁਰਾਣੀ, ਔਰ ਮੈਂ ਇੰਨੇ ਚੈਨਲ 'ਤੇ ਫੋਰਨ ਤੱਕ ਮੈਂ ਅਮੈਰੀਕਾ, ਕਨੇਡਾ, ਇੰਗਲੈਂਡ ਸਭ ਜਗ੍ਹਾ ਸ਼ੋਅ ਕਰਿਆ ਹੈ। ਆਹ ਮੇਰੇ ਕੋਲ ਹੁੰਦਾ, ਹੁਣ ਲੋਕ ਐਡਾ ਵੱਡਾ ਲੈਪਟੋਪ ਰੱਖੀ ਬੈਠੇ ਹੋਵੇ, ਮੈਂ 2 ਮਿੰਟ ਦੀ ਕਹਾਣੀ ਹੈ ਬਸ, ਇੱਕ ਵਾਰ ਦੇਖਿਆ ਕਰਤਾ ਬਸ, ਜੋ ਡਨ ਹੈ। ਚੀਜ਼ ਆ ਤੁਹਾਡੇ ਮਤਲਬ ਉਹਦੀ ਮੋਬਾਈਲ ਥੋੜ੍ਹੋ, ਮੈਂ ਤਾਂ ਅੱਜ ਪਤਾ ਲੱਗਾ ਮੋਬਾਈਲ ਆ ਇਹ, ਮੈਂ ਤਾਂ ਚੱਕਣ ਨੂੰ ਫਿਰਦਾ ਸੀ ਕਈ ਵਾਰੀ ਇਹ, ਕਿ ਲੈ ਜਾਣਾ ਪਿੰਡ ਤੱਕ ਆਪ ਹੀ ਦੇਖ ਲਿਆ। ਤੁਸੀਂ 2 ਚੀਜ਼ਾਂ ਕਰਨੀਆਂ, ਹਾਂਜੀ ਪਾਰਟਨਰਸ਼ਿਪ 'ਚ ਜਦੋਂ ਵੀ ਤੁਸੀਂ ਕਿਸੇ ਨਾਲ ਕੰਮ ਕਰੋਗੇ, ਉਹਨੂੰ ਫਾਇਦਾ ਤੁਹਾਨੂੰ ਨੁਕਸਾਨ, ਮੈਂ ਕਰਦਾ ਹੀ ਨਹੀਂ ਜੀ। ਤੁਸੀਂ ਹਰ ਬੰਦੇ ਦੇ ਨਾਲ ਆਲੂ ਪਿਆਜ਼ ਤਰ੍ਹਾਂ ਰਲ ਜਾਂਦੇ ਹੋ, ਮਿਕਸ ਹੋ ਜਾਂਦੇ, ਪਰ ਬੰਦਾ ਦੇਖ ਕੇ ਮਿਕਸ ਹੋਇਆ ਕਰੋ। ਮੈਂ ਬਹੁਤ ਵਾਰੀ ਤੁਹਾਨੂੰ ਟੋਕਿਆ, ਠੀਕ ਹੈ ਜੀ, ਮੇਰੀ ਗੱਲ ਗਲਤ ਨਹੀਂ ਹੈ? ਸਹੀ ਗੱਲ ਹੈ ਜੀ, ਠੀਕ ਹੈ ਜੀ। ਟਾਈਮ ਤੁਹਾਡਾ, ਰੁਪਈਏ ਤੁਹਾਡੇ ਕੋਲ ਜ਼ਿੰਦਗੀ 'ਚ ਨਹੀਂ ਮੁੱਕਣੇ, ਠੀਕ ਹੈ ਜੀ, ਨਾ ਕੋਈ ਤੁਹਾਡੇ ਅੱਗੇ ਖੜ੍ਹੇ। ਲੇਕਿਨ ਇੱਕ ਚੀਜ਼ ਹੈ, 7ਵੇਂ ਮਹੀਨੇ ਤੱਕ ਆਪਦੇ ਪੈਸੇ ਬਚਾਓ ਲੋਕਾਂ ਤੋਂ, ਜਿੰਨੇ ਕੱਢਣੇ ਕੱਢ ਲਓ, ਆਧਾਰ ਨਹੀਂ, ਕੋਰੇ ਹੋ ਜਾਓ, ਬਾਣੀਆਂ ਬਣ ਜਾਓ, ਆਧਾਰ ਬਹੁਤ ਫਸਾਇਆ ਲੋਕਾਂ ਦਾ, ਠੀਕ ਹੈ ਜੀ। ਹੁਣ ਟਾਈਮ ਤੁਹਾਡਾ ਵਧੀਆ ਚੱਲਣਾ, ਇੱਕ ਤੁਸੀਂ ਕੀ ਕਰਨਾ, ਤਾਂਬੇ ਦੇ ਬਰਤਨ ਦਾ ਪਾਣੀ ਅਤੇ ਧਾਗਾ ਤਵੀ ਤਾਂ ਕਦੇ ਕਦੇ ਲਿਆਉਣਾ ਨਹੀਂ, ਵੈਸੇ ਤਾਂ ਤੁਸੀਂ ਲਿਆਉਂਦੇ ਨਹੀਂ, ਪਰ ਫਿਰ ਵੀ ਲਿਆਉਣਾ ਨਹੀਂ, ਉਹ ਜਦੋਂ ਤੁਹਾਡਾ ਕੰਮ ਖਰਾਬ ਹੋਊਗਾ, ਤੁਹਾਡੇ ਕੋਲ ਕੋਈ ਮਕੈਨਿਕ ਕੰਮ ਕਰਦਾ, ਇੱਕ ਮਿੰਟ ਹਾਂਜੀ ਛੋਟੀ ਗੱਲ ਰੋਕਣ ਲੱਗਿਆ, ਤੁਹਾਡੇ ਘਰੇ ਮਿਸਤਰੀ ਲੱਗੇ, ਹਾਂਜੀ ਉਤਾਰ ਚੜਾਏ, ਤੁਸੀਂ ਜਦੋਂ ਨਵਾਂ ਬੰਦਾ ਲਿਆਓਗੇ, ਯਾਨੀ ਕਿ ਹਿੰਦੂ ਟਾਈਪ ਬੰਦਾ ਲਿਆਓਗੇ ਜਾਂ ਕੋਈ ਭਈਆ ਲਿਆਓਗੇ, ਉਦੋਂ ਤੁਹਾਡੇ ਕੰਮ 'ਚ ਫਰਕ ਪਊਗਾ, ਘਟੂਗਾ ਉਹਦੀ ਵਜ੍ਹਾ। ਕੋਈ ਨਾ ਕੋਈ ਜਦੋਂ
ਬਈਏ ਲਿਆਉਂਦੇ ਉਹਨਾਂ ਦੇ ਕੋਈ ਨਾ ਕੋਈ ਧਾਗਾ ਤੁਸੀਂ ਗਲੇ 'ਚ ਪਾਇਆ ਹੁੰਦਾ ਜਾਂ ਡੋਲੇ 'ਤੇ ਬੰਨਿਆ ਹੁੰਦਾ। ਜੇ ਕਿਸੇ ਦਾ ਟੁੱਟ ਕੇ ਤੁਹਾਡੀ ਵਰਕਸ਼ਾਪ 'ਚ ਗਿਰ ਗਿਆ ਤਾਂ ਤੁਹਾਡੇ ਕੰਮ ਨੂੰ ਫਰਕ ਪਊਗਾ। ਫਿਰ ਠੀਕ ਕਿੱਦਾਂ ਹੋਊਗਾ? ਜਦੋਂ ਤੁਸੀਂ ਮੇਰੇ ਕੋਲ ਆਉਂਦੇ ਹੋ ਜਾਂ ਮੇਰੇ ਤੋਂ ਕੋਈ ਸਮਾਨ ਲੈ ਕੇ ਜਾਂਦੇ ਹੋ। ਹੁਣ ਅਸੀਂ ਅਗਰਬੱਤੀ ਤਿਆਰ ਕਰਦੇ ਹਾਂ, ਤੁਹਾਨੂੰ ਵੀ ਪਤਾ ਜਦੋਂ ਤੁਸੀਂ ਇਹ ਜਲਾਉਂਦੇ ਹੋ ਤੁਹਾਨੂੰ ਫਾਇਦਾ ਹੁੰਦਾ। ਹਾਂਜੀ, ਲੇਕਿਨ ਇਹ ਨਹੀਂ ਕਿ ਖਾਲੀ ਆਪਾਂ ਅਗਰਬੱਤੀ ਬਣਾ ਲਈ, ਇਹ 'ਚ ਕਈ ਤਰ੍ਹਾਂ ਦੀਆਂ ਚੀਜ਼ਾਂ ਪਾਈ ਦੀਆਂ ਸੀ ਜਦੋਂ ਅਸੀਂ ਬਣਾਈਦਾ। ਠੀਕ ਹੈ ਜੀ, ਕੰਮ ਵਾਸਤੇ ਬਣਾਈਦਾ। ਹਰ ਬੰਦੇ ਨੂੰ ਆਪਾਂ ਜਦੋਂ ਦੇਖਦੇ ਹਾਂ ਨਾ, ਹਾਂਜੀ, ਆਪਾਂ ਇਹ ਦੇਖਦੇ ਕਿ ਇਹ ਬੰਦਾ ਸੌਖਾ ਹੈ। ਹਾਂਜੀ, ਸੁਣੀ ਜਾਈਏ। ਹਾਂਜੀ, ਠੀਕ ਹੈ ਜੀ, ਗੱਡੀਆਂ ਦੇਖ ਲੈਂਦੇ ਹਾਂ, ਸੌਖਾ ਹੈ ਨਹੀਂ। ਹਾਂਜੀ, ਹੁਣ ਮੈਂ ਤੁਹਾਨੂੰ ਦੱਸਦਾ, ਮੇਰੀ 58 ਪੂਰਾ ਹੋ ਗਿਆ, ਮੈਂ 58 ਸਾਲ, 58 ਸਾਲ ਦੀ ਉਮਰ ਤੁਹਾਡੀ? ਹਾਂਜੀ, 58 ਸਾਲ ਦੀ ਉਮਰ ਹੋ ਗਈ। ਲੱਗਦੀ ਨਹੀਂ ਯਾਰ, ਮੈਂ 7 ਸਾਲ ਦਾ ਕੰਮ ਕਰਨ ਲੱਗਿਆ ਜਾਂ 6 ਸਾਲ ਦਾ। ਠੀਕ ਹੈ ਜੀ, ਉਮਰ 6 ਸਾਲ ਦਾ ਮੈਂ ਕੰਮ ਕਰਨ ਲੱਗਾ। ਮੈਨੂੰ ਕੰਮ ਦੱਸੋ ਵੀ ਕਿਹੜਾ ਕੰਮ ਕਿੱਦਾਂ ਹੁੰਦਾ, ਮੈਂ ਦੱਸੂਗਾ। ਠੀਕ ਹੈ ਜੀ, ਦੂਜੇ ਨੰਬਰ 'ਤੇ ਮੇਰੀ ਡਿਊਟੀ ਹੈ, ਸਵੇਰੇ 5 ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਮੈਂ ਕਰਦਾ ਹਾਂ। ਹਾਂਜੀ, ਠੀਕ ਹੈ ਜੀ, 4 ਘੰਟੇ ਸੌਂਦੇ ਤੁਸੀਂ? 4-5 ਘੰਟੇ ਸੌਣਾ, ਉਸ ਤੋਂ ਬਾਅਦ ਕੰਮ ਕਿੰਨੇ ਕਰਦੇ ਹਾਂ। ਹਾਂਜੀ, ਠੀਕ ਹੈ ਜੀ। ਨੰਬਰ 2, ਖਰਚੇ। ਹਾਂਜੀ, ਹਰ ਚੀਜ਼ ਦਾ ਖਰਚਾ ਹੋਣਾ। ਜੇ ਆਪਾਂ ਅੱਜ ਕਹਿ ਲਾਂਗੇ, ਜੇ ਬਹਿ ਕੇ, ਹੁਣ ਮੈਨੂੰ ਤੁਸੀਂ ਕਹਿ ਤਾ ਬਹਿ ਕੇ ਖਾ ਲਓ, ਜੇ ਬਹਿ ਕੇ ਖਾ ਲਓ ਤਾਂ ਮੇਰੀ ਉਮਰ ਹੀ ਖਤਮ ਹੋ ਜੂਗੀ। ਠੀਕ ਹੈ ਜੀ, ਕਈ ਬੰਦੇ ਇਹੋ ਜਿਹੇ ਹੁੰਦੇ, ਜਿੰਨੀ ਦੇਰ ਕੰਮ ਕਰੂਗੇ। ਗੱਲ ਇਹ ਆ ਕਿ ਅੱਜ ਦੇ ਯੂਥ ਨੂੰ ਇੱਕ ਸਿੱਖ ਆ ਕਿ ਚਾਹੇ ਆਪਣੇ ਕੋਲ ਜੋ ਮਰਜ਼ੀ ਆ, ਸਾਡੇ ਨਾਲ ਕਿਰਤ ਕਰਕੇ ਹੀ ਖਾਣਾ, ਬਹਿ ਕੇ। ਹੋਰ ਤੁਹਾਨੂੰ ਸਮਝਾਉਂਦਾ, ਸਾਡੇ ਸੁਨਿਆਰਿਆਂ ਦੀ ਇੱਕ ਕਹਾਵਤ ਹੈ, ਹਾਂਜੀ, ਕਿ ਜਿੰਨੀ ਐਰਨ ਰਗੜੋਗੇ, ਹਾਂਜੀ, ਅਸੀਂ ਨਾ, ਸਾਡੇ ਕੋਲ ਥੋੜ੍ਹੀ ਤੇ ਕਹਿਰਨ ਹੁੰਦੇ ਔਜ਼ਾਰ, ਉਹਨਾਂ ਨੂੰ ਅਸੀਂ ਸਵੇਰੇ ਉੱਠ ਕੇ ਰਗੜਦੇ ਹਾਂ, ਉਹਦੀ ਜਿੰਨੀ ਚਮਕ ਉਹਨੂੰ ਰਗੜਾਂਗੇ ਉੱਨੀ ਉਹਦੀ ਚਮਕ ਨਿਕਲਦੀ ਹੈ। ਹਾਂਜੀ, ਇੱਦਾਂ ਹੀ ਤੁਹਾਡਾ ਇੱਕ ਸਰੀਰ ਹੈ, ਇਹ ਤੋਂ ਜਿੰਨਾ ਕੰਮ ਲੈ ਲਓ ਉਨਾ ਥੋੜ੍ਹਾ। ਹਾਂਜੀ, ਇਹ ਕੰਮ ਲੈਣਾ ਜ਼ਰੂਰੀ ਹੈ, ਇੱਕ ਆਪਦੀ ਖੁਰਾਕ 'ਤੇ ਧਿਆਨ। ਦੂਜੇ ਨੰਬਰ 'ਤੇ ਇੱਕ ਗੱਲ ਹੋਰ ਹੈ, ਲੋਕ ਕਿਤੇ ਚਲੇ ਗਏ ਬਾਬੇ ਦੇ, ਕਿਤੇ ਫਲਾਨੀ ਜਗ੍ਹਾ ਚਲੇ ਗਏ, ਕਿਤੇ ਢਿਮੜੀ ਚਲੇ ਗਏ। ਸਭ ਤੋਂ ਪਹਿਲੇ ਨੰਬਰ 'ਤੇ ਜਿਹੜੇ ਤੁਹਾਡੇ ਆਪਦੇ ਬੱਚੇ ਹੈ, ਤੁਹਾਡੇ ਘਰ ਦੇ ਵਿਅਕਤੀ ਹੈ, ਜੇ ਆਪਾਂ ਉਹਨਾਂ ਨੂੰ ਖਾਣ ਨੂੰ ਨਹੀਂ ਦੇ ਸਕਦੇ ਫਿਰ ਆਪਣਾ ਕਿਤੇ ਜਾਣ ਦਾ ਕੀ ਫਾਇਦਾ। ਆਪਦੇ ਬੱਚਿਆਂ ਨੂੰ ਸੌਖੇ ਰੱਖੋ, ਆਪਦੇ ਫੈਮਿਲੀ ਦਾ ਧਿਆਨ ਰੱਖੋ, ਇਹ ਸਭ ਕੁਛ ਹੈ। ਜਿਹੜਾ ਬੰਦਾ ਕੰਮ ਟਾਈਮ ਨਾਲ ਕਰਦਾ, ਵਧੀਆ ਕਰਦਾ, ਤੁਸੀਂ ਮੇਰੇ ਕੋਲ ਆ ਗਏ, ਮੈਂ ਤੁਹਾਡਾ ਜੇ ਕੰਮ ਸਹੀ ਕਰਤਾ ਨਾ, ਮੇਰੇ ਵਾਸਤੇ ਰੱਬ ਹੋ ਤੁਸੀਂ। ਮੈਂ ਤੁਹਾਡੇ ਵਾਸਤੇ ਰੱਬ ਨਹੀਂ, ਤੁਸੀਂ ਮੇਰੇ ਵਾਸਤੇ ਰੱਬ ਹੋ। ਪਤਾ ਕਿਉਂ? ਤੁਹਾਡੇ ਕਿੰਨੇ ਬੱਚੇ ਤੁਹਾਡੇ ਵਾਸਤੇ, ਜਿਹੜੇ ਤੁਹਾਡੇ ਮਾਂ ਬਾਪ ਹੈ, ਤੁਹਾਡੇ ਬੱਚੇ ਹੈ, ਉਹ ਤੁਹਾਨੂੰ ਦੇਖ ਕੇ ਗੁਣ ਗਾਊਗੇ ਵੀ ਮੇਰੇ ਬਾਪੂ ਨੇ ਕੁਛ ਕਮਾਇਆ ਲਿਆਂਦਾ, ਮੇਰੇ ਬਾਪੂ ਦਾ ਕੰਮ ਸਹੀ ਚੱਲੀ ਜਾਂਦਾ। ਇਹ ਸਭ ਤੋਂ ਵੱਡਾ ਪੁੰਨ ਅਤੇ ਗੁਣ ਹੈ। ਜੇ ਆਪਾਂ ਇਹ ਸੋਚ ਲਈਏ ਯਾਰ ਆਪਣਾ ਢਿੱਡ ਭਰ ਜੇ, ਇਹਦਾ ਨਾ ਭਰੇ, ਉਹ ਚੀਜ਼ ਮਾੜੀ ਹੈ। ਤੁਸੀਂ ਮੇਰੇ ਤੋਂ ਕੋਈ ਕੁਐਸਚਨ ਦਾ ਜਵਾਬ ਪੁੱਛੋ, ਕਿਸੇ ਗੱਲ ਦਾ ਪੁੱਛੋ, ਮੈਂ ਤੁਹਾਨੂੰ ਜਵਾਬ ਦੱਸੂਗਾ। ਹੁਣ ਪੰਡਿਤ ਜੀ, ਵੀਡੀਓ ਤਾਂ ਸੁੱਖ ਨਾ ਹੋ ਗਈ, ਬਹੁਤ ਲੰਬੀ ਮੈਨੂੰ ਲੱਗਦਾ। ਅਗਲੇ ਕੁਐਸਚਨ ਆਪਾਂ ਕਿਸੇ ਹੋਰ ਦਿਨ ਰੱਖਣੇ ਆ, ਰੱਖਣੇ ਘੜੇ ਜੇ ਆ ਕੁਐਸਚਨ ਹੋਰ ਰੱਖਣੇ ਆ, ਜਿਹੜੇ ਆਪਾਂ ਨੂੰ ਕਮੈਂਟਾਂ 'ਚ ਲੋਕਾਂ ਆਉਣਗੇ। ਹੁਣ ਕਮੈਂਟਾਂ 'ਚ ਲੋਕਾਂ ਨੇ ਵਾਹਵਾ ਕਰਨਾ ਕਿ ਭਾਈ ਤੁਸੀਂ ਆਹ ਪੁੱਛੋ, ਆਹ ਗੱਲ ਦਾ ਜਵਾਬ ਬੰਦੇ ਕੋਲ ਨਹੀਂ ਹੋਣਾ, ਆਹ ਗੱਲ ਦਾ ਜਵਾਬ ਵੀ ਇਸ ਬੰਦੇ ਕੋਲ ਨਹੀਂ ਹੋਣਾ। ਜਿਹੜਾ ਬੰਦਾ, ਹਾਂਜੀ, ਤੁਹਾਨੂੰ ਇਹ ਕਹਿ ਦੇਵੇ ਵੀ ਆਹ ਬੰਦੇ ਦਾ ਕੋਲੋਂ ਜਵਾਬ ਪੁੱਛੋ, ਆਹ ਬੰਦੇ ਨੂੰ ਗੱਲ ਪੁੱਛਣੀ, ਉਸ ਬੰਦੇ ਤੋਂ ਡੇਟ ਬਰਥ ਲੈ ਲਓ, ਹਾਂਜੀ, ਉਸ ਬੰਦੇ ਦੀ ਸਪੈਸ਼ਲ ਟਾਈਮ ਲੈ ਲਓ, ਡੇਟ ਲੈ ਲਓ, ਉਹਦਾ ਸ਼ਹਿਰ ਪੁੱਛ ਲਓ, ਉਹਦਾ ਫੋਨ ਨੰਬਰ ਲੈ ਲਈਓ, ਹਾਂਜੀ, ਉਹਦੇ ਨਾਲ ਕੁਐਸਚਨ ਦਾ ਜਵਾਬ ਮੈਂ ਦਊਗਾ। ਚਲੋ ਮਿੱਤਰੋ, ਗੱਲਬਾਤ ਐਂ ਹੋ ਗਈ ਆ, ਰਹਿੰਦੀਆਂ ਗੱਲਾਂ ਜਿਹੜੀਆਂ ਕਰਨੀਆਂ ਭਾਈ, ID, YouTube ਚੈਨਲ, ਫੇਸਬੁੱਕ 'ਤੇ ਨੰਬਰ ਸਕਰੀਨ 'ਤੇ ਦੇ ਦਿੱਤੇ ਆ, ਹੈ, ਅਤੇ ਬਾਕੀ ਆਪਦੇ ਕਰੋ ਸ਼ੱਕ ਦੂਰ। ਜਿਹਨੂੰ ਹੋਰ ਤਗੜੇ ਥੋੜ੍ਹੇ ਜਿਹੇ ਸ਼ੱਕ ਨੇ ਬਾਈ, ਉਹ ਫਿਰ ਅਸੀਂ ਦੂਰ ਕਰਾਂਗੇ ਅਗਲੀ ਵੀਡੀਓ 'ਚ, ਅਤੇ ਉਦੋਂ ਤੱਕ ਲਈ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਹੈ।